ਪਰਮਵੀਰ ਸਿੰਘ ਬਾਠ ਆਪਣੇ ਨਾਲ ਹਾਜ਼ਰ ਨੇ ਬਾਠ ਸਾਹਿਬ ਦਾ ਸਵਾਗਤ ਕਰਕੇ ਗੱਲ ਨੂੰ ਅੱਗੇ ਤੋਰਦੇ ਜੀ ਬਾਠ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨੀ ਸੁਖਨੈਬ ਜੀ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ ਬਾਠ ਸਾਹਿਬ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿਚ ਹੁਣ ਚਰਚਾ ਵੀ ਵਾਹ ਵਾ ਤੇ ਅੱਜ ਤਾਂ ਇੱਕ ਪ੍ਰੈਸ ਕਾਨਫਰੰਸ ਜੀ ਹੋਈ ਆ ਉੱਥੇ ਧੂੰਆਂ ਜਾ ਵੀ ਵਾਹਵਾ ਨਿਕਲ ਗਿਆ ਵਿਚਾਲੀ ਛੱਡ ਛਿੜਾ ਹੋ ਗਿਆ ਸੁਖਨਾਬ ਜੀ ਦੇਖੋ ਗੱਲ ਇਹ ਹੈ ਕਿ ਆਪਾਂ ਬੀਤੇ ਕੱਲ ਵੀ ਗੱਲ ਕੀਤੀ ਕਿ ਅਸਲ ਦੇ ਵਿਚ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ ਉਹ ਲੋਕਾਂ ਨੂੰ ਬਾਕੀ ਵਿਰੋਧੀ ਸਿਆਸੀ ਲੀਡਰਾਂ ਨੂੰ ਜਿੱਦਾਂ ਟੁੱਟ ਕੇ ਪੈਂਦੇ ਆ ਤੇ ਹੁਣ ਸਾਰੇ ਰਲ ਮਿਲ ਕੇ ਇਹਨਾਂ ਨੂੰ ਟੁੱਟ ਕੇ ਪੈ ਗਏ ਆ ਪਾਰਟੀ ਦੇ ਅੰਦਰੋਂ ਬਾਹਰੋਂ ਜਿੱਧਰਲੇ ਪਾਸੇ ਦੇਖੋ ਮੈਨੂੰ ਤਾਂ ਕਦੇ ਕਦੇ ਲੱਗਦਾ ਹੁੰਦਾ ਕਿ ਭਾਈ ਇਹ ਐਸਾ ਚੱਕਰ ਵੀ ਹੋਇਆ ਜਿਹਦੇ ਵਿਚੋਂ ਵੇਖਦੇ ਆ ਕਿ ਸੁਖਪਾਲ ਸਿੰਘ ਖਹਿਰਾ ਹੁਣ ਨਿਕਲ ਪਾਉਣਗੇ ਕਿ ਨਹੀਂ ਬੀਤੇ ਪਰਸੋਂ ਅੱਧੀ ਰਾਤੀ ਜਦੋਂ ਸੁਖਪਾਲ ਸਿੰਘ ਖਹਿਰਾ ਪਹੁੰਚੇ ਆ ਦਿੱਲੀ ਉਦੋਂ ਵੱਡੀ ਪੱਧਰ ਦੇ ਉੱਤੇ ਚਰਚਾ ਚੱਲਣ ਲੱਗ ਪਈ ਸੀ ਕਿ ਹਾਈਕਮਾਂਡ ਵਾਲਿਆਂ ਨੇ ਬਰੰਗ ਲਫਾਫਿਆਂ ਨੂੰ ਮੋੜ ਦੇਣੇ ਆ ਚਲੋ ਚਰਚਾ ਚੱਲੀ ਹਾਈਕਮਾਂਡ ਆਮ ਆਦਮੀ ਪਾਰਟੀ ਦੀ ਨੇ ਅਜੇ ਤੱਕ ਇੱਕ ਵੀ ਆਪਣੇ ਵੱਲੋਂ ਅਧਿਕਾਰਕ ਕੋਈ ਬਿਆਨ ਜਾਰੀ ਨਹੀਂ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਦੇ ਮਸਲੇ ਪ੍ਰਤੀ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਆ ਸੁਖਪਾਲ ਸਿੰਘ ਖਹਿਰਾ ਨੂੰ ਮਿਲ ਕੇ ਉਹਨਾਂ ਨੇ ਆਖਿਆ ਕੀ ਹੈ ਪਰ ਇੰਨਾ ਜ਼ਰੂਰ ਹੋਇਆ ਕਿ ਪੰਜਾਬ ਦੇ ਕੁਝ ਮੀਡੀਆ ਅਦਾਰਿਆਂ ਦੇ ਵਿੱਚ ਖਬਰਾਂ ਏਦਾਂ ਦੀਆਂ ਚੱਲੀਆਂ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਇਸ 2020 ਰੈਫਰੈਂਡਮ ਦੇ ਮੁੱਦੇ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਤੋਂ ਹੀ ਨਾਂਹ ਕਰਤੀ ਕਿ ਭਾਈ ਮੈਂ ਨੀ ਤੈਨੂੰ ਮਿਲਣਾ ਤੂੰ ਤਾਂ ਕੰਮ ਬੜਾ ਗਲਤ ਕੀਤਾ ਅਖਬਾਰ ਦੀ ਖਬਰਾਂ ਦੂਸਰੇ ਪਾਸੇ ਇਹ ਵੀ ਖਬਰਾਂ ਦੇ ਵਿੱਚ ਆ ਗਿਆ ਕਿ ਸੁਖਪਾਲ ਸਿੰਘ ਖਹਿਰਾ ਫਿਰ ਜਦੋਂ ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸਿਸੋਦੀਆ ਸਾਹਿਬ ਨੂੰ ਮਿਲੇ ਉਹਨਾਂ ਨੇ ਤੱਤੀਆਂ ਬਹੁਤ ਸੁਣਾਈਆਂ ਕਿ ਖਹਿਰਾ ਸਾਹਿਬ ਆ ਕੀ ਕਰਿਆ ਤੁਹਾਨੂੰ ਏਦਾਂ ਦਾ ਬਿਆਨ ਦੇਣ ਦੀ ਲੋੜ ਹੀ ਕੀ ਸੀ ਏਦਾਂ ਦੇ ਬਿਆਨ ਦੇ ਤਾਂ ਨੇੜਿਓਂ ਦੀ ਨੀ ਲੰਘੀਦਾ ਚਲੋ ਇਹ ਸਾਰੀਆਂ ਗੱਲਾਂ ਜਦੋਂ ਚੱਲੀਆਂ ਤਾਂ ਲੱਗਦਾ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਦਿਨ ਥੋੜੇ ਰਹਿ ਗਏ ਇੱਦਾਂ ਵੀ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹਨਾਂ ਲੀਡਰਾਂ ਦੀ ਹੁਣ ਚੜ ਮਚੇਗੀ ਜਿਹੜੇ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਪਿੱਛੇ ਪਏ ਹੋਏ ਸੀ ਦੋਵੇਂ ਹੱਥ ਧੋ ਕੇ ਇਹਦੇ ਨਾਲ ਨਾਲ ਸੁਖਨੈਬ ਜੀ ਹੁਣ ਕੁੱਲ ਮਿਲਾ ਕੇ ਸਾਰਾ ਕੁਝ ਜਿਹੜਾ ਇੰਨੇ ਢੰਗ ਤਰੀਕੇ ਦੇ ਨਾਲ ਵਾਪਰਿਆ ਸੀ ਕਿ ਸੁਖਨੈਬ ਸਿੰਘ ਸਿੱਧੂ ਹੋਰਾਂ ਨੂੰ ਮੈਂ ਇਹ ਦੱਸ ਦਿਆਂ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਕਹਿੰਦੇ ਮੈਂ ਤਾਂ ਪ੍ਰੈਸ ਕਾਨਫਰੰਸ ਕਰਨੀ ਆ ਭਾਈ ਮੈਨੂੰ ਓਦਾਂ ਸੂਤ ਹੀ ਨਹੀਂ ਆਉਂਦਾ ਅਜੇ ਪ੍ਰੈਸ ਕਾਨਫਰੰਸ ਉਹਨਾਂ ਨੇ ਇਕੱਲਿਆਂ ਨੇ ਕਰਨੀ ਸੀ ਕਿ ਇਹਦੇ ਵਿੱਚੇ ਹੀ ਅਮਰਜੀਤ ਸੰਧੂਏ ਵਾਲਾ ਮਸਲਾ ਪੈ ਗਿਆ ਰੇਤ ਮਾਫੀ ਵਾਲਾ ਪਾਗਲ ਇੱਥੇ ਵਾਲਾ ਪ੍ਰੈਸ ਕਾਨਫਰੰਸ ਕਰਨੀ ਪੈ ਗਈ ਸਾਂਝੀ ਚਲੋ ਉਸ ਸਾਂਝੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਮੌਕਾ ਸਾਂਭਿਆ ਤੇ ਸੁਖਨੈਬ ਜੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਕਹਿਤਾ ਕਿ ਜਿੰਨੀਆਂ ਅਫਵਾਹਾਂ ਨੇ ਸਾਰੀਆਂ ਮੇਰੇ ਖਿਲਾਫ਼ ਨੇ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਬਹੁਤ ਵੱਡੀ ਧਿਰ ਤੇ ਕੋਈ ਨਾ ਕੋਈ ਬਹੁਤ ਵੱਡੀ ਏਜੰਸੀ ਮੇਰੇ ਖਿਲਾਫ਼ ਕੰਮ ਕਰ ਰਹੀ ਹੈ ਪਲਾਂਟ ਕੀਤੀ ਗਈ ਹੈ ਉਹ ਕਹਿੰਦੇ ਕਿ ਦੇਖੋ ਅਰਵਿੰਦ ਕੇਜਰੀਵਾਲ ਤਾਂ ਮੈਨੂੰ ਤਾਂ ਨਹੀਂ ਮਿਲੇ ਕਿਉਂਕਿ ਉਹ ਕਿਸੇ ਨੂੰ ਵੀ ਨਹੀਂ ਮਿਲੇ ਉਹਨਾਂ ਦੀ ਸਿਹਤ ਖਰਾਬ ਹੋਏ ਤਾਂ ਬੰਗਲੌਰ ਦੌੜੇ ਜਾਂਦੇ ਆ ਇਲਾਜ ਕਰਾਉਣ ਲਈ ਕੁਦਰਤੀ ਪ੍ਰਣਾਲੀ ਨਾਲ ਜੀ ਤੇ ਜਿਹੜੇ ਬੰਦੇ ਕਹਿੰਦੇ ਆ ਕਿ ਕੇਜਰੀਵਾਲ ਇਕੱਲੇ ਮੈਨੂੰ ਨਹੀਂ ਮਿਲੇ ਗਲਤ ਬੋਲਦੇ ਆ ਦੂਸਰੀ ਗੱਲ ਉਹ ਕਹਿੰਦੇ ਕਿ 30 ਮਿੰਟ ਲਗਾਤਾਰ ਮਨੀਸ਼ ਸਿਸੋਦੀਆ ਦੇ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇੱਕ ਵੀ ਸ਼ਬਦ ਐਸਾ ਨਹੀਂ ਵਰਤਿਆ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਈਏ ਕਿ ਤਲਖੀ ਭਰਪੂਰ ਸ਼ਬਦ ਸੀ ਬੜੀ ਚੰਗੀ ਕਹਿੰਦੇ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਉੱਪਰ ਕਿਵੇਂ ਲੈ ਕੇ ਜਾਣਾ ਗੱਲਾਂ ਬਾਤਾਂ ਇੱਦਾਂ ਦੀਆਂ ਵੀ ਚੱਲੀਆਂ ਹੁਣ ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਭਾਈ ਮਨਘੜਤ ਗੱਲਾਂ ਨੇ ਆਪਣੀ ਪਾਰਟੀ ਦੇ ਕਈ ਬੰਦੇ ਮੈਨੂੰ ਬਦਨਾਮ ਕਰਨ ਤੇ ਤੁਲੇ ਆ ਮੈਨੂੰ ਕੁਰਸੀ ਦੀ ਕਹਿੰਦੇ ਪਰਵਾਹ ਕੋਈ ਨੀ ਚਲੋ ਉਧਰੋਂ ਸੁਨੀਲ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਕਹਿੰਦੇ ਮੈਂ ਤਾਂ ਅਰਵਿੰਦ ਕੇਜਰੀਵਾਲ ਤੇ ਹੈਰਾਨ ਆ ਮੈਨੂੰ ਉਮੀਦ ਸੀ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਦਿੱਲੀ ਜਾਣਗੇ ਤਾਂ ਅਸਤੀਫਾ ਦੇ ਕੇ ਲੈ ਕੇ ਮਨਜ਼ੂਰ ਕਰਕੇ ਤੋਰਨਗੇ ਪਰ ਕਹਿੰਦੇ ਅਰਵਿੰਦ ਕੇਜਰੀਵਾਲ ਹੋਰੀ ਮਿਲੇ ਨੀ ਤਾਂ ਸਿਸੋਦੀਆ ਸਾਹਿਬ ਨੇ ਚਾਹ ਪਿਆਈ ਤੇ ਬਿਸਕੁਟ ਖੁਆਏ ਤੇ ਸੁਖਪਾਲ ਸਿੰਘ ਖਹਿਰਾ ਨੂੰ ਥਾਪੀ ਦੇ ਕੇ ਪੰਜਾਬ ਨੂੰ ਤੋਰ ਦਿੱਤਾ ਉਹ ਕਹਿੰਦੇ ਬਹੁਤ ਮਾੜੀ ਗੱਲ ਹੈ ਆਮ ਆਦਮੀ ਪਾਰਟੀ ਦੇ ਲਈ ਇਹ ਸਿਆਸੀ ਤੌਰ ਦੇ ਉੱਤੇ ਬਹੁਤ ਵੱਡਾ ਘਾਟਾ ਹੋਏਗਾ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਚ ਰੱਖਣਾ ਹੁਣ ਇਹ ਗੱਲ ਵੇਖਣ ਵਾਲੀ ਹੋਏਗੀ ਕਿ ਜੇ ਤਾਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਹੈ ਤਾਂ ਫਿਰ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਮੈਂਬਰ ਪਾਰਲੀਮੈਂਟ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਾਹਿਬ ਦੇ ਰਾਹੀਂ ਆਪਣਾ ਲਿਖਤੀ ਸਪਸ਼ਟੀਕਰਨ ਭੇਜਣਾ ਪਊ ਕਿ ਜੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਇਸ ਮੁੱਦੇ ਤੇ ਨਹੀਂ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਸਾਰੇ ਮੁੱਦੇ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਦੀ ਦਿੱਲੀ ਫੇਰੀ ਦੌਰਾਨ ਦਿੱਤਾ ਗਿਆ ਸਪਸ਼ਟੀਕਰਨ ਹੀ ਮਨਜ਼ੂਰ ਹੋਏਗਾ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਸੁਨੀਲ ਜਾਖੜ ਸਾਹਿਬ ਦੇ ਬਿਆਨ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਭਾਵੇਂ ਖਹਿਰਾ ਸਾਹਿਬ ਦਿੱਲੀਓਂ ਹੋ ਕੇ ਮੁੜ ਆਏ ਆ ਭਾਵੇਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਮੇਰੀ ਹਾਈਕਮਾਂਡ ਨਾਲ ਸਿੱਧੀ ਗੱਲ ਹਰ ਇੱਕ ਮੁੱਦੇ ਤੇ ਹੋ ਗਈ ਹੈ ਪਰ ਇਹਦੇ ਬਾਵਜੂਦ ਵੀ ਵਿਰੋਧੀ ਪਾਰਟੀਆਂ ਅਜੇ ਤੱਕ ਸੁਖਪਾਲ ਸਿੰਘ ਖਹਿਰਾ 2020 ਰੈਫਰੈਂਡਮ ਦਾ ਮੁੱਦਾ ਜਿਹੜਾ ਉਹ ਠੰਡਾ ਨਹੀਂ ਪੈਣ ਦੇਣਾ ਚਾਹੁੰਦੇ ਤੇ ਜੇ ਵਿਰੋਧੀ ਪਾਰਟੀਆਂ ਦੇ ਬਿਆਨ ਇਸੇ ਤਰੀਕੇ ਜਾਰੀ ਰਹੇ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਵੀ ਹੋ ਸਕਦਾ ਕਿ ਉਹ ਅਗਲਾ ਪਿਛਲਾ ਮੁੱਦਾ ਚੁੱਕ ਕੇ ਵਿਰੋਧੀ ਪਾਰਟੀਆਂ ਦੇ ਮੂੰਹ
ਬੰਦ ਕਰਨੇ ਪੈਣ ਜੀ। ਤੇ ਬਾੜ ਸਾਹਿਬ ਅੱਜ ਹੁਣੇ ਇੱਕ ਮੇਰੇ ਕੋਲ ਕਲਿੱਪ ਘੁੰਮ ਰਿਹਾ ਸੀ ਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਮਾਮਲੇ ਦੇ ਵਿੱਚ ਜਿਹੜੀ ਦਾ ਰੌਲਾ ਸੀ ਕਿ ਭਾਈ ਐਮ ਐਲ ਏ ਸਾਹਿਬ ਦੇ ਉੱਤੇ ਕੁੱਟ ਕਟਹਿਰਾ ਹੋ ਗਿਆ ਤੇ ਉਹ ਚੱਲ ਹੀ ਰਹੀ ਸੀ ਪ੍ਰੈਸ ਕਾਨਫਰੰਸ ਤਾਂ ਨਾਲ ਹੀ ਆਪਣੇ ਵਰਗੇ ਮੂਹਰੇ ਬੈਠੇ ਸੀ ਪ੍ਰਧਾਨ ਜੀ ਵੀ ਇਹ ਵੀ ਗੱਲ ਦੱਸੋ ਵੀ ਤੁਸੀਂ ਕਹਿੰਦੇ ਸੀ ਫੋਨ ਹੀ ਨਹੀਂ ਚੱਕਦਾ ਸੁਖਪਾਲ ਖਹਿਰਾ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਨਾਲ ਦੀ ਨਾਲ ਕਹਿਤਾ ਜੀ ਕਿ ਮੈਂ ਤਾਂ ਇੱਕ ਕਾਲ ਆਈ ਸੀਗੀ ਉਹ ਮੈਂ ਦੇਖ ਲਈ ਸੀ 15 ਤਰੀਕ ਨੂੰ ਮਿਸ ਕਾਲ ਸੀਗੀ ਤੇ ਬਾਅਦ ਦੇ ਵਿੱਚ ਕਹਿੰਦੇ ਜੀ ਮੈਸੇਜ ਆਇਆ ਸੀਗਾ ਜੀ ਕਿ ਭਾਈ 17 ਤਰੀਕ ਨੂੰ ਆਪਾਂ ਦਿੱਲੀ ਜਾਣਾ ਕਹਿੰਦਾ ਮੈਂ ਸੋਚਿਆ ਫਿਰ ਹੁਣ ਦਿੱਲੀ ਮਿਲ ਹੀ ਲਵਾਂਗੇ ਬਾਕੀ ਕਿਉਂ ਹੈ ਇਸੇ ਦੌਰਾਨ ਉਹ ਆਪਦਾ ਪੱਖ ਪੇਸ਼ ਕਰਦੇ ਸੀਗੇ ਤੇ ਉਧਰੋਂ ਕੁਲਤਾਰ ਸੰਧਵਾਂ ਹੋ ਰਿਹਾ ਜਿਵੇਂ ਉੱਥੇ ਏ ਡੀ ਸੀ ਨਾਲ ਖੇਬੜੇ ਸੀਗੇ ਇੱਥੇ ਪੱਤਰਕਾਰਾਂ ਨਾਲ ਲੱਗ ਪਏ ਕਿਹੜੇ ਮੁੱਦੇ ਤੇ ਤੁਸੀਂ ਸਵਾਲ ਪੁੱਛਦੇ ਹੋ ਹਾਲਾਤ ਇਹੋ ਜਿਹੇ ਬਣ ਗਏ ਜੀ ਕਿ ਖਹਿਰਾ ਹੋਰਾਂ ਨੂੰ ਪ੍ਰੈਸ ਕਾਨਫਰੰਸ ਛੱਡਣੀ ਪਈ ਜਾਂ ਫਿਰ ਪੱਤਰਕਾਰਾਂ ਨੇ ਛੱਡਣ ਵਾਸਤੇ ਮਜਬੂਰ ਕਰਤਾ ਕਿਉਂਕਿ ਸਿਆਣਾ ਬੰਦਾ ਤਾਂ ਕਿਨਾਰਾ ਹੀ ਕਰਦਾ ਤੇ ਇੱਥੇ ਕੀ ਸਮਝ ਰਹੇ ਹੋ ਤੁਸੀਂ ਕਿ ਹਾਈਪਰ ਕਿਉਂ ਹੋਏ ਫਿਰਦੇ ਆ ਆਪ ਵਾਲੇ? ਸੁਖਨੈਪ ਜੀ ਦੇਖੋ ਗੱਲ ਬੜੀ ਸਿੱਧੀ ਪੱਧਰੀ ਆ ਜਦੋਂ ਗੁਆਂਢੀ ਬੱਟੇ ਮਾਰਦੇ ਹੋਣ ਨਾ ਜੀ ਗੁਆਂਢੀ ਤਕੜੇ ਹੋ ਜਾਣ ਤੁਹਾਡਾ ਸਭ ਕੁਝ ਲੁੱਟਣ ਨੂੰ ਫਿਰਨ ਉਸ ਵੇਲੇ ਫਿਰ ਤੁਸੀਂ ਇਹ ਗੱਲ ਕਰਦੇ ਚੰਗੇ ਨਹੀਂ ਲੱਗਦੇ ਕਿ ਮੈਂ ਫਲਾਨੇ ਕਾਲੇ ਦੇ ਮੂਹਰੇ ਹੋਣਾ ਤੇ ਮੈਂ ਫਲਾਨੇ ਕੰਧ ਦੇ ਉਹਲੇ ਲੁਕਣਾ ਉਸ ਵੇਲੇ ਤਾਂ ਜਿਹੜਾ ਤੁਹਾਨੂੰ ਓਟ ਆਸਰਾ ਮਿਲਦਾ ਤੁਹਾਨੂੰ ਲੈ ਲੈਣਾ ਚਾਹੀਦਾ ਤੇ ਇੱਕ ਮੁੱਠ ਹੋ ਕੇ ਰਣਨੀਤੀ ਬਣਾ ਕੇ ਠੋਕ ਕੇ ਕੰਮ ਕਰਨਾ ਚਾਹੀਦਾ ਜੀ। ਆਮ ਆਦਮੀ ਪਾਰਟੀ ਦੇ ਸਬੂਤ ਦੇ ਵਿੱਚ ਇਹ ਚੀਜ਼ਾਂ ਆਖਰੀ ਕਿੱਲ ਬਣ ਕੇ ਸਾਬਿਤ ਹੋਣਗੀਆਂ। ਕਾਰਨ ਕੀ ਦੇਖੋ ਆਮ ਆਦਮੀ ਪਾਰਟੀ ਇਸ ਕਰਕੇ ਨਹੀਂ ਸੀ ਪੰਜਾਬ ਚ ਸਫਲ ਹੋਈ ਲੋਕ ਸਭਾ ਦੀਆਂ ਚੋਣਾਂ ਚ ਜਦੋਂ 4 ਸੀਟਾਂ ਜਿੱਤੀਆਂ ਸੀ ਕਿ ਇਹ ਵੀ ਇੱਕ ਸਿਆਸੀ ਪਾਰਟੀ ਹੈ ਤੇ ਇਸ ਕਰਕੇ ਸਫਲ ਹੋ ਗਈ ਸੀ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਾਡੀ ਪਾਰਟੀ ਹੈ ਲੋਕਾਂ ਨੂੰ ਲੱਗਦਾ ਸੀ ਕਿ ਲੋਕਾਂ ਦੀ ਗੱਲ ਕਰਦੇ ਆ ਪਰ ਹੁਣ ਅੱਜ ਦੀ ਪ੍ਰੈਸ ਕਾਨਫਰੰਸ ਨੇ ਇਹ ਸਾਰਾ ਕੁਝ ਸਾਹਮਣੇ ਲਿਆਤਾ ਕਿ ਭਾਈ ਉੱਪਰ ਹੀ ਛਿਲ ਛਿਲ ਹੈ ਥੱਲੇ ਤਾਂ ਸੰਤਰੇ ਦੀਆਂ ਫਾੜੀਆਂ ਆ। ਕੁਲਤਾਰ ਸਿੰਘ ਸੰਧਵਾਂ ਵੈਸੇ ਤਾਂ ਇੱਕ ਸਮਾਂ ਇਦਾਂ ਦਾ ਆਇਆ ਸੀ ਜਦੋਂ ਕੇਜਰੀਵਾਲ ਸਾਹਿਬ ਨੇ ਮਾਫ਼ੀ ਮੰਗੀ ਆ ਉਦੋਂ ਕੁਲਤਾਰ ਸਿੰਘ ਸੰਧਵਾਂ ਨੂੰ ਲੱਗਦਾ ਸੀ ਕਿ ਖਹਿਰਾ ਸਾਹਿਬ ਦੀ ਕੁਰਸੀ ਤੇ ਮੈਂ ਬੈਠਾ ਕੇ ਬੈਠਾ ਉਦੋਂ ਉਹਨਾਂ ਨੇ ਬੜੇ ਤੱਤੇ ਤੱਤੇ ਬਿਆਨ ਦਿੱਤੇ ਸੀ। ਸੰਧਵਾਂ ਸਾਹਿਬ ਠੀਕ ਹੈ ਭਾਰਤ ਦੇ ਇੱਕ ਬਹੁਤ ਵੱਡੇ ਲੀਡਰ ਰਹੇ ਵਿਅਕਤੀ ਵਿਸ਼ੇਸ਼ ਤੇ ਰਿਸ਼ਤੇਦਾਰ ਨੇ ਪਰ ਜ਼ਰੂਰੀ ਨਹੀਂ ਕਿ ਤੁਹਾਡੀ ਰਿਸ਼ਤੇਦਾਰੀ ਜਿਹੜੀ ਹੈ ਤੁਹਾਡੇ ਇੱਕ ਚੰਗੇ ਲੀਡਰ ਹੋਣ ਦਾ ਪ੍ਰਮਾਣ ਪੱਤਰ ਵੀ ਹੋਵੇ। ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੀਡੀਆ ਕਰਮੀਆਂ ਦੇ ਨਾਲ ਵਿਵਹਾਰ ਕੀਤਾ ਉਹ ਉਹਨਾਂ ਨੂੰ ਲੈ ਬੈਠੂ। ਕਾਰਨ ਕੀ ਹੈ ਦੇਖੋ ਆਮ ਆਦਮੀ ਪਾਰਟੀ ਦੇ ਕੋਲ ਇੰਨਾ ਸਰਮਾਇਆ ਨਹੀਂ ਹੈ ਆਮ ਆਦਮੀ ਪਾਰਟੀ ਦੇ ਕੋਲ ਏਡਾ ਵੱਡਾ ਕਾਡਰ ਨਹੀਂ ਹੈ ਆਮ ਆਦਮੀ ਪਾਰਟੀ ਦੇ ਕੋਲ ਇੰਨਾ ਵੱਡਾ ਨੈਟਵਰਕ ਨਹੀਂ ਹੈ ਉਹ ਕਾਹਦੇ ਸਿਰ ਦੇ ਉੱਤੇ ਸਰਵਾਈਵ ਕਰਦੇ ਸੀ ਮੀਡੀਆ ਦੇ ਸਿਰ ਤੇ ਅੱਜ ਜਿਸ ਤਰੀਕੇ ਦੇ ਨਾਲ ਉਹ ਭਵਕ ਕੇ ਪਏ ਨੇ ਮੀਡੀਆ ਵਾਲਿਆਂ ਨੂੰ ਇਹਦੇ ਨਾਲ ਕੁਲਤਾਰ ਸਿੰਘ ਸੰਧਵਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਸੰਕਟ ਚ ਪਾਤਾ ਕਿਉਂਕਿ ਜੇ ਸੰਕਟ ਵੱਡਾ ਨਾ ਹੁੰਦਾ ਸੁਖਨੈਪ ਜੀ ਕੰਵਰ ਸੰਧੂ ਹੋਰਾਂ ਨੇ ਮਾਫ਼ੀ ਨਹੀਂ ਸੀ ਮੰਗਣੀ ਕੰਵਰ ਸੰਧੂ ਹੋਰਾਂ ਨੇ ਅਫਸੋਸ ਨਹੀਂ ਸੀ ਪ੍ਰਗਟ ਕਰਨਾ ਕਿਉਂਕਿ ਕੋਈ ਬੰਦਾ ਐਵੇਂ ਅਫਸੋਸ ਨਹੀਂ ਪ੍ਰਗਟ ਕਰਦਾ। ਕੰਵਰ ਸੰਧੂ ਹੋਰਾਂ ਨੇ ਪਹਿਲਾਂ ਵੀ ਇੱਕ ਦੋ ਵਾਰੀ ਆਮ ਆਦਮੀ ਪਾਰਟੀ ਨੂੰ ਇਹਨਾਂ ਸਥਿਤੀਆਂ ਦੇ ਵਿੱਚੋਂ ਬਾਹਰ ਕੱਢਣ ਦਾ ਜਿਗਰਾ ਕੀਤਾ ਸੀ ਤੇ ਅੱਜ ਫੇਰ ਕੀਤਾ। ਦੇਖੋ ਡਾਕਟਰ ਬਲਵੀਰ ਸਿੰਘ ਪਟਿਆਲੇ ਵਾਲੇ ਦਿੱਲੀ ਵਾਲਿਆਂ ਦੇ ਹਰਮਨ ਪਿਆਰੇ ਹੋਣਗੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਆਡਾ ਲੈਣ ਦਾ ਯਤਨ ਕੀਤਾ ਨਾ ਉਹ ਪਾਰਟੀ ਦੇ ਇੱਕ ਜਥੇਬੰਦਕ ਢਾਂਚਾ ਬਣਾਉਣ ਦੇ ਜ਼ਿੰਮੇਵਾਰ ਵਿਅਕਤੀ ਦੇ ਲੱਛਣ ਨਹੀਂ ਹੁੰਦੇ ਉਹਦੀਆਂ ਵਿਸ਼ੇਸ਼ਤਾਵਾਂ ਨਹੀਂ ਹੁੰਦੀਆਂ। ਡਾਕਟਰ ਬਲਵੀਰ ਸਿੰਘ ਪਟਿਆਲੇ ਵਾਲੇ ਜੇ ਚੰਗੇ ਹੁੰਦੇ ਸਿਆਣੇ ਹੁੰਦੇ ਤਾਂ ਕਦੇ ਵੀ ਇਹ ਨਾ ਕਹਿੰਦੇ ਕਿ ਭਾਈ ਆਪਾਂ ਸੁਖਪਾਲ ਸਿੰਘ ਖਹਿਰੇ ਨੂੰ 5 ਟੈਲੀਫੋਨ ਕੀਤੇ ਆ ਕਿਉਂਕਿ ਮਸਲਾ ਤਾਂ ਆਮ ਆਦਮੀ ਪਾਰਟੀ ਦੀ ਬਦਨਾਮੀ ਦਾ ਜੇ ਕਹਿ ਦਿੱਤਾ ਹੋਊਗਾ ਸੁਖਪਾਲ ਸਿੰਘ ਖਹਿਰਾ ਨੇ ਕੁਛ ਤਾਂ ਇਹ ਵੱਡੇ ਲੀਡਰ ਹੋਣ ਦੇ ਨਾਤੇ ਚੁੱਪ ਰਹਿੰਦੇ ਪਰ ਪ੍ਰੈਸ ਕਾਨਫਰੰਸ ਵਿੱਚ ਜਿਸ ਤਰੀਕੇ ਡਾਕਟਰ ਬਲਵੀਰ ਸਿੰਘ ਪਟਿਆਲਾ ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਆਪਸ ਦੇ ਵਿੱਚ ਢੇਡੜੀਆਂ ਲਈਆਂ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ਤੇ ਜੇ ਮੈਂ ਪੰਜਾਬੀ ਚ ਕਹਿਣਾ ਹੋਵੇ ਤਾਂ ਅੱਜ ਜਲੂਸ ਨਿਕਲ ਗਿਆ। ਰਹਿੰਦੀ ਖੁੰਦੀ ਕਸਰ ਕੁਲਤਾਰ ਸਿੰਘ ਸੰਧਵਾਂ ਸਾਹਿਬ ਨੇ ਪੂਰੀ ਕਰਤੀ। ਅੱਜ ਇੰਨੀ ਗੱਲ ਸੁਖਨੈਪ ਜੀ ਜ਼ਰੂਰ ਹੋ ਗਈ ਹੈ ਕਿ ਜਿਹੜੀ ਅਮਰਜੀਤ ਸੰਦੋਏ ਦੀ ਪੱਗ ਲਿੱਥੀ ਹੈ ਨਾ ਆਪਾਂ ਗੱਲ ਹੁਣ ਉਹਦੇ ਇਹਦੇ ਤੋਂ ਤੁਰੰਤ ਬਾਅਦ ਉਹ ਵੀ ਕਰਾਂਗੇ। ਅਮਰਜੀਤ ਸੰਦੋਏ ਦੀ ਪੱਗ ਤਾਂ ਉਹਦੇ ਸਿਰ ਦੇ ਉੱਤੇ ਦੁਬਾਰਾ ਰੱਖਣੀ ਹੈ ਕਿ ਨਹੀਂ ਰੱਖਣੀ ਪਤਾ ਨਹੀਂ ਪਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਲਾਈਵ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਬੱਚਿਆਂ ਵਰਗਾ ਵਿਵਹਾਰ ਕੀਤਾ ਨਾ ਉਹਦੇ ਕਰਕੇ ਜਿਹੜਾ ਰਹਿੰਦਾ ਖੁੰਦਾ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵਲੰਟੀਅਰਾਂ ਦਾ ਹੌਸਲਾ ਸੀ ਮੈਨੂੰ ਲੱਗਦਾ ਕਿ ਪਸਤ ਜ਼ਰੂਰ ਹੋਇਆ ਹੋਣਾ ਜੀ। ਤੇ ਵਿਜੀਲੈਂਸ ਨੇ ਛਾਪੇਮਾਰੀ ਕਿੱਥੇ ਕਰਤੀ ਜੀ? ਸੁਖਨੈਪ ਜੀ ਵਿਜੀਲੈਂਸ ਵਾਲੇ ਇੱਕ ਲੰਮਾ ਚੌੜਾ ਸਿਸਟਮ ਜਿਹਾ ਭਾਲਦੇ ਫਿਰਦੇ ਆ ਸੰਗਰੂਰ ਵਾਲੇ ਇਲਾਕੇ ਚ ਜੀ। ਇੱਕ ਝੂਰਹੇੜੀ ਪਿੰਡ ਆ ਬੜਾ ਮਸ਼ਹੂਰ ਹੋਇਆ ਸੀ ਮਸ਼ਹੂਰ ਇਸ ਕਰਕੇ ਹੋਇਆ ਸੀ ਕਿ ਉੱਥੇ ਬੈਂਚ ਬਣਾਉਣੇ ਸੀ ਇੱਕ ਪੰਚਾਇਤ ਨੇ 80-82 ਲੱਖ ਰੁਪਈਏ ਦੇ ਜੀ। ਉਹ ਜਿਹੜੇ ਬੈਂਚ ਨੇ ਉਹਨਾਂ ਦੀ ਪੇਮੈਂਟ ਕਰ ਦਿੱਤੀ ਪੈਸੇ ਦੇ ਤੇ ਖਾਤੇ ਚੋਂ ਚਲੇ ਗਏ ਉਹ ਬੈਂਚ ਇੱਕ ਬਿਨਾ ਆਇਆ
ਤੇ ਬਾਅਦ ਵਿੱਚ ਪਤਾ ਲੱਗਾ ਕਿ ਭਾਈ ਇਹ ਤਾਂ ਮਿੱਤਲ ਭਰਾ ਨੇ, ਰਜਿੰਦਰਪਾਲ ਮਿੱਤਲ, ਜੀਤਪਾਲ ਮਿੱਤਲ, ਪੁਨੀਤ ਮਿੱਤਲ, ਇਹ ਬੰਦੇ ਤਿੰਨ ਜਿਹੜੇ ਨੇ ਇਹਨਾਂ ਦੀ ਫਰਮ ਨੂੰ ਪੈਸੇ ਚਲੇ ਗਏ, ਇਹਨਾਂ ਨੇ ਕੁਝ ਵੀ ਜਿਹੜਾ ਦਿੱਤਾ ਲਿਆ ਨਹੀਂ ਮਿਲੀ ਭੁਗਤ ਕਰਕੇ। ਉਹ ਤਕਰੀਬਨ 82 ਲੱਖ ਰੁਪਈਆ ਸੀ ਤੇ 82 ਲੱਖ ਰੁਪਈਆ ਖਾਸ ਕੇ ਛੱਕ ਕੇ ਵੰਡ ਕੇ ਡਕਾਰ ਵੀ ਨਹੀਂ ਮਾਰਿਆ। ਉਦੋਂ ਦਾ ਇਹਨਾਂ ਦੇ ਉੱਤੇ ਕੇਸ ਦਰਜ ਹੋਇਆ, ਪੁਲਿਸ ਲੱਭਦੀ ਫਿਰਦੀ ਸੀ। ਉਹਦੇ ਤੋਂ ਬਾਅਦ ਇੱਕ ਨਵਾਂ ਕੇਸ ਸਾਹਮਣੇ ਆ ਗਿਆ ਸੰਗਰੂਰ ਇਲਾਕੇ ਦੇ ਵਿੱਚ। ਇਹ ਕਿਹਾ ਗਿਆ ਕਿ ਅਸੀਂ ਪੰਚਾਇਤਾਂ ਨੂੰ ਸਟੇਸ਼ਨਰੀ ਸਪਲਾਈ ਕਰਨੀ ਹੈ, ਉਹਨਾਂ ਨੂੰ ਰਜਿਸਟਰ ਦੇਣੇ ਆ, ਉਹਨਾਂ ਨੂੰ ਪੈਨਸਲਾਂ ਦੇਣੀਆਂ, ਉਹਨਾਂ ਨੂੰ ਰਸੀਦ ਬੁੱਕਾਂ ਦੇਣੀਆਂ, ਪਤਾ ਨਹੀਂ ਕੀ ਦੇਣਾ। ਉਹਦੇ ਲਈ ਤਕਰੀਬਨ 47,60,000 ਰੁਪਏ ਦਾ ਭੁਗਤਾਨ ਮਿੱਤਲ ਭਰਾਵਾਂ ਦੀ ਕੰਪਨੀ ਨੂੰ ਫੇਰ ਕਰ ਦਿੱਤਾ ਬਲਾਕ ਸੰਮਤੀ ਖਰੜ ਨੇ ਕਿ ਭਾਈ ਅਸੀਂ ਤਾਂ ਆਪਣੀ ਬਲਾਕ ਸੰਮਤੀ ਦੇ ਅਧੀਨ ਜਿੰਨੀਆਂ ਪੰਚਾਇਤਾਂ ਆਉਂਦੀਆਂ ਸਾਰੀਆਂ ਪੰਚਾਇਤਾਂ ਨੂੰ ਆ ਸਾਜੋ ਸਮਾਨ ਸਟੇਸ਼ਨਰੀ ਦਾ ਦੇਣਾ। ਚਲੋ 47,60,000 ਰੁਪਈਆ ਬਲਾਕ ਸੰਮਤੀ ਖਰੜ ਦੇ ਖਾਤੇ ਚੋਂ ਚਲੇ ਗਿਆ। ਸਟੇਸ਼ਨਰੀ ਦੇ ਰੂਪ ਦੇ ਵਿੱਚ 1-2 ਰੁਪਈਆਂ ਦੀ ਕਾਪੀ ਤੱਕ ਨਹੀਂ ਆਈ, ਕਿਸੇ ਨੂੰ ਕੱਚੀ ਪੈਨਸਲ ਤੱਕ ਨਹੀਂ ਮਿਲੀ। ਤੇ ਜਦੋਂ ਹੌਲੀ ਹੌਲੀ ਭੁੜਕਦਾ ਮਸਲਾ ਬਾਹਰ ਆਇਆ ਤੇ ਵਿਜੀਲੈਂਸ ਨੂੰ ਫਿਰ ਮਿੱਤਲ ਭਰਾਵਾਂ ਦੇ ਖਿਲਾਫ਼ ਕੇਸ ਕਰਨਾ ਪਿਆ। ਮੈਂ ਇੰਨੀ ਗੱਲ ਜ਼ਰੂਰ ਦੱਸਦਿਆਂ ਕਿ ਮਿੱਤਲ ਭਰਾ ਆਮ ਤੌਰ ਦੇ ਉੱਤੇ ਸਾਰੇ ਸਿਆਸੀ ਲੀਡਰਾਂ ਨੂੰ ਖੁਸ਼ ਰੱਖਦੇ ਹੁੰਦੇ ਆ। ਐਤਕੀ ਪਤਾ ਨੀ ਕੀ ਗੱਲ ਹੋਈ, ਕਿੱਧਰਲੇ ਪਾਸਿਓ ਕਿਹੜੀ ਬਿੱਲੀ ਛਿੱਕ ਗਈ ਕਿ ਮਿੱਤਲ ਭਰਾ ਜਿਹੜੇ ਹਰ ਪਾਸਿਓ ਫਸੇ ਫਿਰਦੇ ਆ। ਹੁਣ ਵਿਜੀਲੈਂਸ ਨੇ ਦੋਵਾਂ ਹੀ ਕੇਸਾਂ ਦੇ ਵਿੱਚ ਮਿੱਤਲ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਮੋਹਾਲੀ ਚ ਵੀ ਛਾਪੇ ਮਾਰੇ ਆ, ਉਹਨਾਂ ਦੇ ਪਿੰਡ ਚ ਵੀ ਛਾਪੇ ਮਾਰੇ ਆ, ਸੰਗਰੂਰ ਚ ਵੀ ਛਾਪੇ ਮਾਰੇ ਆ। ਤਿੰਨਾਂ ਭਰਾਵਾਂ ਦੇ ਵਿੱਚੋਂ ਕਾਬੂ ਤਾਂ ਅਜੇ ਕੋਈ ਨਹੀਂ ਆਇਆ, ਪਰ ਤਕਰੀਬਨ 1.25 ਕਰੋੜ ਰੁਪਈਏ ਦੀ ਘਪਲੇਬਾਜ਼ੀ ਜਿਹੜੀ ਹੈ ਝੂਰ ਹੇੜੀ ਤੇ ਇਹ ਜਿਹੜੀ ਸਟੇਸ਼ਨਰੀ ਦੇ ਮਾਮਲੇ ਚ ਹੋਈ ਹੈ, ਵੇਖਦੇ ਹਾਂ ਕਿ 1.25 ਕਰੋੜ ਰੁਪਈਏ ਦੀ ਇਸ ਆਪਣੇ ਆਪ ਦੇ ਵਿੱਚ ਜਿਹੜੀ ਘਪਲੇਬਾਜ਼ੀ ਦਾ ਸਰਗਨਾ ਕੌਣ ਨਿਕਲਦਾ ਤੇ ਮਿੱਤਲ ਭਰਾਵਾਂ ਦੇ ਨਾਲ ਕਿਹੜਾ ਕਿਹੜਾ ਅਧਿਕਾਰੀ ਤੇ ਕਿਹੜਾ ਕਿਹੜਾ ਲੀਡਰ ਹੋਰ ਫਸਦਾ ਉਦੋਂ ਪਤਾ ਲੱਗਣਾ ਜਦੋਂ ਵਿਜੀਲੈਂਸ ਦੇ ਹੱਥ ਮਿੱਤਲ ਭਰਾ ਆਏ। ਜੀ ਬਾਟ ਸਾਹਿਬ, ਅਗਲੀ ਖਬਰ ਕੀ ਕਹਿੰਦੀ ਹੈ ਜੀ? ਘਰ ਘਰ ਰੁਜ਼ਗਾਰ ਦੀ ਯੋਜਨਾ ਕਹਿੰਦੇ ਸੁਰੱਖਿਆ ਚ ਫੇਰ ਆ ਗਈ, ਇਹ ਉਹੀ ਹੈ ਜਿਹੜੇ ਕਹਿੰਦੇ 10-10 ਬੰਦੇ ਸਰਪੰਚ ਚੁਣ ਕੇ ਦੇਣਗੇ? ਸੁਖਨੈਬ ਜੀ, ਮੈਨੂੰ ਤਾਂ ਇਹ ਨੀ ਸਮਝ ਆਉਂਦੀ ਕਿ ਕਪਤਾਨ ਸਾਹਿਬ ਹੁਣ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲੱਗਿਆ ਕਿ ਸਰਪੰਚਾਂ ਦੀਆਂ ਵੋਟਾਂ ਪੱਕੀਆਂ ਕਰਾਉਣ ਲੱਗਿਆ। ਮਹੀਨੇ ਰਹਿੰਦੇ ਆ 3, ਹੁਣ ਤਾਂ ਜਿਹੜੇ ਸਰਪੰਚ ਨੇ ਤੇ ਜਿਹਨਾਂ ਨੇ ਦੁਬਾਰਾ ਖੜਨਾ ਉਹਨਾਂ ਨੇ ਤਾਂ ਘਰ ਘਰ ਜਾ ਕੇ ਸਾਰਿਆਂ ਨੂੰ ਕਹਿ ਦੇਣਾ, ਆਹ ਦੇਖੋ ਜੀ ਅਖਬਾਰ ਚ ਵੀ ਖਬਰ ਲੱਗੀ ਹੈ, ਰੇਡੀਓ ਦੇ ਉੱਤੇ ਵੀ ਚੰਨ ਪ੍ਰਦੇਸੀ ਵਾਲਿਆਂ ਨੇ ਆਖ ਦਿੱਤਾ, ਟੀਵੀ ਦੇ ਉੱਤੇ ਵੀ ਇਹ ਚੀਜ਼ਾਂ ਟੈਲੀਕਾਸਟ ਹੋਣ ਲੱਗ ਪਈਆਂ ਕਿ 10-10 ਬੰਦੇ ਸਾਡੇ ਅਖਤਿਆਰ ਦੇ ਵਿੱਚ ਆ ਕੰਮ ਤੇ ਲਵਾਉਣੇ। ਬੀਬੀ ਤੇਰੇ ਮੁੰਡੇ ਦਾ ਨਾਂ ਭੇਜ ਦਿਆਂ? ਹਾਂ ਬਈ ਬੰਤ ਸਿਆਂ, ਤੇਰੇ ਮੁੰਡੇ ਦਾ ਨਾਂ ਭੇਜ ਦਿਆਂ? ਉਹਨਾਂ ਨੇ ਸਾਰੇ ਪਿੰਡ ਨੂੰ ਮੁੰਡਿਆਂ ਦੇ ਨਾਂ ਲਿਖਦੇ ਲਿਖਦੇ ਲੱਕੜ ਦੇ ਮੁੰਡੇ ਦੇ ਆਉਣੇ ਆ ਕਿ ਭਾਈ ਵੋਟਾਂ ਮੇਰੀਆਂ ਪੱਕੀਆਂ ਹੋ ਜਾਣ। ਹੁਣ ਸੁਖਨੈਬ ਜੀ ਰੌਲਾ ਕੀ ਹੈ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸਿਆਣੀ ਗੱਲ ਕੀਤੀ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ। ਉਹ ਕਹਿੰਦੇ ਜੀ ਦੇਖੋ, ਮੈਂ ਘਰ ਘਰ ਰੁਜ਼ਗਾਰ ਦੇਣਾ, ਹਰ ਘਰ ਦੇ ਵਿੱਚ ਘੱਟੋ ਘੱਟ 1 ਵਿਅਕਤੀ ਨੂੰ ਆਪਾਂ ਨੌਕਰੀ ਜ਼ਰੂਰ ਦੇਣੀ ਆ। ਦੇਖੋ, ਸੁਣਨ ਨੂੰ ਗੱਲ ਬੜੀ ਵਧੀਆ ਆ ਕਿ ਜੇ ਹਰ ਪਰਿਵਾਰ ਦੇ ਵਿੱਚ ਘੱਟੋ ਘੱਟ 1 ਬੰਦਾ ਨੌਕਰੀ ਕਰਦਾ ਹੋਏਗਾ, ਉਹਨੂੰ ਮਹੀਨੇ ਦੀ 1 ਤਰੀਕ ਨੂੰ ਜਾਂ 2 ਤਰੀਕ ਨੂੰ ਜਾਂ 3 ਤਰੀਕ ਨੂੰ ਵੱਜਵੀਂ ਤਨਖਾਹ ਆਜੂ, ਭਾਵੇਂ 15,000 ਹੀ ਆਏ, ਘੱਟੋ ਘੱਟ ਲੂਣ ਤੇਲ ਦਾ ਖਰਚਾ, ਕੋਈ ਬਿਮਾਰੀ ਠਮਾਰੀ ਹੋ ਜਾਵੇ, ਦਵਾਈ ਦਾਰੂ ਦਾ ਖਰਚਾ, ਇਹਦੇ ਨਾਲ ਨਾਲ ਕਿਤੇ ਵਿਆਹ ਸ਼ਾਦੀ ਆ ਜਾਵੇ, ਕੋਈ 300 ਦਾ ਆ ਜਾਵੇ, ਉਹਦਾ ਖਰਚਾ ਪੂਰਾ ਹੋ ਜਾਂਦਾ, ਆਈ ਚਲਾਈ ਬੰਦੇ ਦੀ ਚੱਲੀ ਰਹਿੰਦੀ ਆ। ਨੌਕਰੀ ਬੜੀ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ, ਮਹਿੰਗਾਈ ਭਰਿਆ ਜ਼ਮਾਨਾ ਨਾ। ਪਰ ਉਦੋਂ ਨਾਲ ਦੀ ਨਾਲ ਆਪਾਂ ਤੋਖਲਾ ਆਪਣੇ ਸਰੋਤਿਆਂ ਦੇ ਨਾਲ ਇਹ ਵੀ ਸਾਂਝਾ ਕੀਤਾ ਸੀ ਕਿ ਕਿਵੇਂ ਸੰਭਵ ਹੋ ਸਕਦਾ ਕਿ ਹਰ ਘਰ ਦੇ ਇੱਕ ਜੀ ਨੂੰ ਆਪਾਂ ਨੌਕਰੀ ਦੇ ਦਈਏ। ਪ੍ਰੈਕਟੀਕਲ ਨਹੀਂ ਨਾ ਹੈਗਾ, ਇੱਕ ਘਰ ਦੇ ਵਿੱਚ 2 MA ਪਾਸ ਨੇ, ਦੂਜੇ ਘਰ ਦੇ ਵਿੱਚ 1 ਬੰਦਾ ਤੇ 10ਵੀਂ ਫੇਲ ਹੈ, ਤੁਸੀਂ 1 MA ਪਾਸ ਨੂੰ ਨੌਕਰੀ ਦੇ ਕੇ ਤਾਂ ਦੂਜੀ ਨੌਕਰੀ ਲਈ ਥੋੜੀ ਕਹੋਗੇ ਕਿ ਭਾਈ ਆ ਤੁਹਾਡੇ 1 ਘਰ ਦੇ ਬੰਦੇ ਨੌਕਰੀ ਦੇਣੀ ਸੀ, ਦੂਜੀ ਅਸੀਂ 10ਵੀਂ ਫੇਲ ਨੂੰ ਦੇਣੀ ਆ, ਸੰਭਵ ਨਹੀਂ ਨਾ ਹੈ। ਕਾਨੂੰਨ ਇਸ ਗੱਲ ਦੀ ਤੁਹਾਨੂੰ ਮਾਨਤਾ ਨਹੀਂ ਨਾ ਦਿੰਦਾ, ਪਰ ਚਲੋ ਕਪਤਾਨ ਸਾਹਿਬ ਨੇ ਕਹਿਣਾ ਸੀ, ਕਹਿ ਤਾਂ ਫਾਰਮ ਫੁਰਮ ਭਰਵਾ ਕੇ ਵੋਟਾਂ ਵਾਟਾਂ ਲੈ ਕੇ ਅਗਲੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਣੇ ਬੈਠੇ ਆ, ਹੁਣ ਕੌਣ ਕੀ ਕਹਿ ਸਕਦਾ ਭਾਈ। ਹੁਣ ਪਿਛਲੇ ਸਮੇਂ ਚ ਇਹਨਾਂ ਨੇ ਇੱਕ ਡਰਾਈਵ ਸ਼ੁਰੂ ਕੀਤੀ ਸੀ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਰੁਜ਼ਗਾਰ ਮੇਲੇ ਲਾਏ ਕਪਤਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਸਰਕਾਰ ਨੇ। ਉਦੋਂ ਦੇਖੋ ਕਿੰਨਾ ਕੁਝ ਹੋਇਆ ਸੀ, ਅੰਮ੍ਰਿਤਸਰ ਦੇ ਵਿੱਚ ਰੁਜ਼ਗਾਰ ਮੇਲਾ ਲੱਗਾ, ਉੱਥੇ ਹਜ਼ਾਰਾਂ ਜਿਹੜੇ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨ ਮੁੰਡੇ ਕੁੜੀਆਂ ਪਹੁੰਚ ਗਏ, ਤੇ ਸਟਾਫ ਦੇ ਕੋਲ ਤਾਂ ਉਹਨੇ ਫਾਰਮ ਵੀ ਨਹੀਂ ਸੀ ਜਿੰਨੇ ਉੱਥੇ ਬੇਰੁਜ਼ਗਾਰ ਪਹੁੰਚ ਗਿਆ ਸੀ ਕਿ ਭਾਈ ਖਾਲੀ ਫਾਰਮ ਹੀ ਭਰ ਦਿਓ। ਇੰਨਾ ਰੌਲਾ ਰੱਪਾ ਪਿਆ ਕਿ ਸਟਾਫ ਨੇ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ, ਪੁਲਿਸ ਕੱਢ ਕੇ ਲੈ ਕੇ ਗਈ। ਗੁਰਦਾਸਪੁਰ ਦੇ ਵਿੱਚ ਰੁਜ਼ਗਾਰ ਮੇਲਾ ਲੱਗਾ ਘਰ ਘਰ ਰੁਜ਼ਗਾਰ ਯੋਜਨਾ ਅਧੀਨ, ਉੱਥੇ ਇੰਨੇ ਕੁ ਲੋਕ ਇਕੱਠੇ ਹੋ ਗਏ ਕਿ ਸੜਕ ਸਾਰੀ ਭਰ ਗਈ, GT ਰੋਡ ਬੰਦ ਹੋ ਗਿਆ, ਪੁਲਿਸ ਨੂੰ ਲਾਠੀ ਚਾਰਜ ਕਰਕੇ ਸੜਕ ਤੇ ਜਿਹੜੇ ਇੰਸਟੀਚਿਊਟ ਦੇ ਵਿੱਚ ਰੁਜ਼ਗਾਰ ਮੇਲਾ ਲੱਗਾ ਸੀ ਉਹ ਖਾਲੀ ਕਰਾਉਣਾ ਪਿਆ। ਤੇ ਉਹਦੇ ਤੋਂ ਬਾਅਦ ਕਪਤਾਨ ਸਾਹਿਬ ਨੇ ਲਿਸਟਾਂ ਜਾਰੀ ਕਰਤੀਆਂ ਸੀ ਜੀ ਅਸੀਂ 1,00,000 ਲੋਕਾਂ ਨੂੰ ਰੁਜ਼ਗਾਰ ਦਿੱਤਾ। ਚਲੋ ਆਪਾਂ ਇਸ ਗੱਲ ਤੇ ਮੁੜ ਕੇ ਆਉਂਦੇ ਹਾਂ, ਪਹਿਲਾਂ ਹੋਣ ਵਾਲੀ ਤੇ ਆਜੀਏ। ਹੁਣ
ਕਪਤਾਨ ਸਾਹਿਬ ਨੇ ਨਵਾਂ ਪੜਾਅ ਸ਼ੁਰੂ ਕਰ ਦਿੱਤਾ ਘਰ ਘਰ ਰੁਜ਼ਗਾਰ ਯੋਜਨਾ ਦਾ। ਕਹਿੰਦੇ ਹਰ ਇੱਕ ਪਿੰਡ ਦੇ ਵਿੱਚੋਂ 10 ਗੱਭਰੂ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਲਵਾਂਗੇ, ਉਹਨਾਂ ਨੂੰ ਨਿਪੁੰਨ ਕਰਾਂਗੇ, ਕਿਸੇ ਨਾ ਕਿਸੇ ਕੰਮ ਚ ਸਰਕਾਰ ਆਪਣੇ ਖਰਚੇ ਦੇ ਉੱਤੇ ਉਹਨਾਂ ਨੂੰ ਟ੍ਰੇਨਿੰਗ ਦਵਾਏਗੀ, ਮੁਹਾਰਤ ਕਿਸੇ ਨਾ ਕਿਸੇ ਕੰਮ ਚ, ਉਹਦੇ ਤੋਂ ਬਾਅਦ ਸਰਕਾਰ ਉਹਦੀ ਪਲੇਸਮੈਂਟ ਕਰਾਊ। ਸੁਣਨ ਨੂੰ ਇਹ ਵੀ ਗੱਲ ਬੜੀ ਵਧੀਆ ਲੱਗਦੀ ਹੈ ਕਿ ਹਰ ਪਿੰਡ ਚੋਂ 10 ਬੰਦੇ, ਮਤਲਬ 1,25,000 ਤੋਂ ਉੱਪਰ ਬੰਦਾ ਹੋ ਗਿਆ, 13,000 ਪਿੰਡ ਨੇ। ਹੁਣ 1,25,000 ਤੋਂ ਉੱਪਰ ਬੰਦੇ ਨੂੰ ਜੇ ਪੰਜਾਬ ਦੀ ਸਰਕਾਰ ਨਿਪੁੰਨ ਕਰਦਾ, ਕਿਸੇ ਨਾ ਕਿਸੇ ਕੰਮ ਦੇ ਵਿੱਚ ਉਹਦੀ ਮੁਹਾਰਤ ਹੋ ਜਾਏ, ਉਹਨੂੰ ਰੁਜ਼ਗਾਰ ਮਿਲ ਜਾਏ, ਉਹਦੇ ਘਰ ਦੇ ਚੁੱਲ੍ਹੇ ਚ ਧੂੰਆਂ ਨਿਕਲਣਾ ਸ਼ੁਰੂ ਹੋ ਜਾਏ, ਹੋਰ ਸਾਨੂੰ ਚਾਹੀਦਾ ਸੁਖਰੈਬ ਜੀ ਕੀ ਹੈ? ਪਰ ਦੂਸਰੇ ਪਾਸੇ ਦੇਖੋ ਇਹ ਵੀ ਮਸਲਾ ਨਾ ਕਿ ਕਿਵੇਂ ਚੋਣ ਕਰਨੀ ਹੈ, ਹਰ ਬੰਦੇ ਤੱਕ ਗੱਲ ਕਿਵੇਂ ਪਹੁੰਚੇ, ਇੱਕ ਪਿੰਡ ਦੇ ਵਿੱਚੋਂ ਕਿਹੜੇ 10 ਨੌਜਵਾਨ ਨੇ ਜਿਹੜੇ ਕੰਮ ਕਰਨ ਦੇ ਲਈ ਵਿਲਿੰਗ ਨੇ, ਜਿਹੜੇ ਕੰਮ ਸਿੱਖਣ ਦੇ ਲਈ ਵੀ ਵਿਲਿੰਗ ਨੇ? ਜੇ ਆਪਾਂ ਸਰਪੰਚਾਂ ਨੂੰ ਕਹਿਤਾ, ਸਰਪੰਚ ਨੇ ਆਪਣੇ ਬੰਦੇ ਲੈ ਜਾਣੇ ਆ, ਆਪਾਂ BLO ਨੂੰ ਕਹਿਤਾ, BLO ਨੇ ਆਪਣੇ ਬੰਦੇ ਲੈ, ਕੋਈ ਨੀਤੀ ਨੀ ਹੈ, ਕੋਈ ਪਾਲਿਸੀ ਨੀ ਹੈ, ਅੰਕੜਿਆਂ ਦੇ ਨਾਲ ਢਿੱਡ ਭਰਨ ਦਾ ਹੀ ਯਤਨ ਹੈ। ਦੂਸਰੇ ਪਾਸੇ ਸੁਖਨੈਬ ਜੀ, ਹੁਣ ਸਵਾਲ ਇਹ ਪੈਦਾ ਹੁੰਦਾ, ਜਿੱਥੇ ਕਪਤਾਨ ਸਾਹਿਬ ਨੇ ਬੰਦੇ ਕੰਮ ਤੇ ਲਵਾਉਣੇ ਆ, ਉਹ ਸੋਰਸ ਕੀ ਹੈ, ਰੁਜ਼ਗਾਰ ਦਾ ਸਰੋਤ ਕੀ ਹੈ? ਪੰਜਾਬ 'ਚ ਫੈਕਟਰੀਆਂ ਲੱਗੀਆਂ, ਉਹਨਾਂ ਫੈਕਟਰੀਆਂ ਵਾਲਿਆਂ ਨੇ ਹਰ ਸਾਲ ਬੰਦੇ ਕੁਝ ਰੱਖਣੇ ਹੁੰਦੇ ਆ, ਤੇ ਜੇ ਕਪਤਾਨ ਸਾਹਿਬ ਨੇ ਆਪ ਨਿਪੁੰਨ ਕਰਕੇ ਬੰਦੇ ਪਹਿਲਾਂ ਤੋਂ ਲੱਗੀਆਂ ਹੋਈਆਂ ਫੈਕਟਰੀਆਂ ਦੇ ਵਿੱਚ ਹੀ ਰਖਾਉਣੇ ਆ, ਉਹਦੇ ਨਾਲ ਕਪਤਾਨ ਸਾਹਿਬ ਦੇ ਸਿਲੈਕਟ ਕੀਤੇ ਬੰਦਿਆਂ ਨੂੰ ਕੰਮ ਤਾਂ ਮਿਲਜੂ, ਪਰ ਪੰਜਾਬ 'ਚ ਨਵਾਂ ਰੁਜ਼ਗਾਰ ਨਹੀਂ ਪੈਦਾ ਹੋਣਾ। ਨਵਾਂ ਰੁਜ਼ਗਾਰ ਕਿਵੇਂ ਪੈਦਾ ਹੋਣਾ? ਜਾਂ ਤਾਂ ਕੁਝ ਨਵੀਆਂ ਫੈਕਟਰੀਆਂ ਲੱਗਣ, ਉਹਨਾਂ ਫੈਕਟਰੀਆਂ ਦੇ ਵਿੱਚ ਕਾਮਿਆਂ ਦੀ ਲੋੜ ਹੋਵੇ, ਉਹ ਨਵਾਂ ਰੁਜ਼ਗਾਰ ਹੋਣਾ। ਜਾਂ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਅਸਾਮੀਆਂ ਖਾਲੀ ਪਈਆਂ, ਜਾਂ ਤਾਂ ਕਪਤਾਨ ਸਾਹਿਬ ਉਹਨਾਂ ਖਾਲੀ ਪਈਆਂ ਅਸਾਮੀਆਂ ਨੂੰ ਖਤਮ ਕਰਨ ਦੀ ਥਾਂ ਤੁਰੰਤ ਨੋਟੀਫਿਕੇਸ਼ਨ ਜਾਰੀ ਕਰ ਦੇਣ ਕਿ ਭਾਈ ਅਸੀਂ ਸਾਰੀਆਂ 1,25,000 ਅਸਾਮੀਆਂ ਜਿਹੜੀਆਂ ਖਾਲੀ ਨੇ ਅਸੀਂ ਭਰਨ ਲੱਗੇ ਹਾਂ, ਆਪੋ ਆਪਣਾ ਫਾਰਮ ਭਰ ਕੇ ਦਿਓ, ਫਿਰ ਬਣਦੀ ਹੈ ਗੱਲ। ਤੇ ਜੇ ਅਸੀਂ ਟੋਪੀ ਸੱਜਿਓ ਖੱਬੇ ਤੇ ਖੱਬਿਓ ਸੱਜੇ ਘੁਮਾਈ ਜਾਣੀ ਹੈ ਕਿ ਭਾਈ ਜੋ ਮਰਜ਼ੀ ਹੋਈ ਜਾਵੇ, ਅਸੀਂ ਤਾਂ ਪਹਿਲਾਂ ਤੋਂ ਜਿਹੜਾ ਸਿਰਜਿਆ ਗਿਆ ਪ੍ਰਾਈਵੇਟ ਲੋਕਾਂ ਦਾ ਰੁਜ਼ਗਾਰ ਹੈ ਉਹਦੇ ਵਿੱਚ ਹੀ ਆਪਣੇ ਬੰਦੇ ਫਿੱਟ ਕਰਾ ਕੇ ਕੰਮ ਸੂਟ ਕਰਨਾ, ਫਿਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਸੇ ਜਿਹੜੀ ਇਹ ਘਰ ਘਰ ਰੁਜ਼ਗਾਰ ਦੀ ਯੋਜਨਾ ਚੱਲਣੀ ਹੈ। ਬਾਕੀ ਕਪਤਾਨ ਸਾਹਿਬ ਨੇ ਸਮਾਂ ਵਧੀਆ ਚੁਣਿਆ, ਦੇਖੋ ਜੂਨ 'ਚ ਸ਼ੁਰੂ ਕਰਨਗੇ, ਸਤੰਬਰ ਅਕਤੂਬਰ ਤੱਕ ਜਾ ਕੇ ਇਹਨਾਂ ਨੂੰ ਨਿਪੁੰਨਤਾ ਦੇ ਸਰਟੀਫਿਕੇਟ ਮਿਲਣੇ ਆ, ਫਿਰ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਜਾ ਕੇ ਪਲੇਸਮੈਂਟਾਂ ਕਰਾਉਣਗੇ, ਤੇ ਫਿਰ ਮਾਰਚ ਅਪ੍ਰੈਲ ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਆਉਣੀ ਹੈ ਉਦੋਂ ਵੱਡੀ ਪੱਧਰ ਦੇ ਉੱਤੇ ਘਰ ਘਰ ਰੁਜ਼ਗਾਰ ਯੋਜਨਾ ਦੀ ਸਫਲਤਾ ਦੇ ਹੋਰਡਿੰਗ ਲੱਗਣੇ ਆ, TV ਦੇ ਉੱਤੇ ਇਸ਼ਤਿਹਾਰ ਵਿਖਾਏ ਜਾਣੇ ਆ, ਰੇਡੀਓ ਤੇ ਸੁਣਾਏ ਜਾਣੇ ਆ, ਤੇ ਲੋਕਾਂ ਤੋਂ ਵੋਟਾਂ ਲੈਣ ਦੀ ਚੇਸ਼ਟਾ ਕਰਨੀ ਹੈ। ਪਰ ਕੁੱਲ ਮਿਲਾ ਕੇ ਪੰਜਾਬ ਨੂੰ ਇਸ ਵੇਲੇ ਜ਼ਮੀਨੀ ਹਕੀਕਤ ਦੇ ਨਾਲ ਸੰਬੰਧ ਰੱਖਦੀਆਂ ਯੋਜਨਾਵਾਂ ਦੀ ਸੁਖਰੈਬ ਜੀ ਲੋੜ ਹੈ, ਸ਼ਬਦੀ ਲੱਲੇ ਭੱਪੇ ਦੀ ਨਹੀਂ ਜੀ। ਬਸ ਇੱਕ ਬ੍ਰੇਕ ਲੈ ਲਈਏ ਜੀ, ਫਿਰ ਆਪਾਂ ਅਗਲੀ ਗੱਲ ਕਰਦੇ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਸਾਰੇ ਸੱਜਣਾਂ ਦਾ ਸਵਾਗਤ। ਤੇ ਵੱਟ ਸਾਹਿਬ, ਸਰਕਾਰੀ ਕਾਲਜਾਂ ਚ ਦਾਖਲੇ ਆਨਲਾਈਨ ਹੋਣਗੇ ਜੀ? ਸੁਖਨੈਬ ਜੀ, ਬੜੀ ਕਮਾਲ ਦੀ ਖਬਰ ਹੈ ਪੰਜਾਬ ਦੇ ਲਈ। ਪੰਜਾਬ ਦੀ ਸਰਕਾਰ ਹੁਣ ਵਿਦਿਅਕ ਖੇਤਰ ਦਾ ਸੁਧਾਰ ਕਰਨ ਜਾ ਰਹੀ ਹੈ ਜੀ, ਤੇ ਸੁਧਾਰ ਦਾ ਪਹਿਲਾ ਕਦਮ ਇਹ ਆਖ ਕੇ ਪੁੱਟਿਆ ਗਿਆ ਕਿ ਹੁਣ ਅਗਲੇ ਵਰੇ ਤੋਂ, ਵਿਦਿਅਕ ਵਰੇ ਤੋਂ, ਜਦੋਂ ਸਰਕਾਰੀ ਕਾਲਜਾਂ ਦੇ ਵਿੱਚ ਐਡਮਿਸ਼ਨ ਕੀਤੇ ਜਾਣੇ ਆ, ਦਾਖਲੇ ਕੀਤੇ ਜਾਣੇ ਆ, ਤਾਂ ਆਨਲਾਈਨ ਹੋਣਗੇ। ਕਾਰਨ ਕੀ ਦੱਸਿਆ ਜੀ? ਕਹਿੰਦੇ ਜੀ, ਕਈ ਵਾਰੀ ਬਹੁਤ ਵੱਡੀ ਪੱਧਰ ਦੇ ਉੱਤੇ ਰੌਲਾ ਪੈਂਦਾ ਕਿ ਜਿਹੜੇ ਸਰਕਾਰੀ ਕਾਲਜ ਨੇ ਉਹਦੇ ਵਿੱਚ ਜਿਹੜੇ ਲੋਕ ਡਿਜ਼ਰਵ ਕਰਦੇ ਸੀ ਨਿਯਮਾਂ ਦੇ ਮੁਤਾਬਕ, ਉਹਨਾਂ ਤੋਂ ਪਹਿਲਾਂ ਦਾਖਲਾ ਕਿਸੇ ਹੋਰ ਨੂੰ ਦੇ ਦਿੱਤਾ। ਸੁਣਨ ਨੂੰ ਗੱਲ ਇਹ ਵੀ ਬੜੀ ਸਿਆਣੀ ਲੱਗਦੀ ਹੈ, ਹੋਣਾ ਇੱਦਾਂ ਹੀ ਚਾਹੀਦਾ। ਟਰਾਂਸਪੇਰੈਂਸੀ, ਪਾਰਦਰਸ਼ਤਾ ਬਹੁਤ ਜ਼ਰੂਰੀ ਹੈ ਨਾ। ਜੇ ਪਾਰਦਰਸ਼ਤਾ ਨਹੀਂ ਹੋਏਗੀ ਸਰਕਾਰਾਂ ਦੇ ਫੈਸਲਿਆਂ ਦੇ ਵਿੱਚ ਤਾਂ ਕੰਮ ਔਖਾ ਹੋ ਜਾਂਦਾ ਜੀ। ਪਰ ਹੁਣ ਹੋਇਆ ਕੀ, ਦੇਖੋ ਸਰਕਾਰੀ ਕਾਲਜ ਕਿਹੜੇ ਨੇ? 48-50 ਸਰਕਾਰੀ ਕਾਲਜ ਆ ਪੰਜਾਬ 'ਚ ਜੀ। ਮੈਨੂੰ ਤਾਂ ਲੱਗਦਾ ਨਹੀਂ ਕਿ ਪਿਛਲੇ 3 ਸਾਲਾਂ ਦੇ ਵਿੱਚ ਕੋਈ ਸਰਕਾਰੀ ਡਿਗਰੀ ਕਾਲਜ ਇਦਾਂ ਦਾ ਹੋਵੇ ਜੇ ਇਸ ਸਰਕਾਰੀ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਨਾ ਮਿਲਿਆ ਹੋਵੇ। ਉਹ ਤਾਂ ਲੱਭਦੇ ਫਿਰਦੇ ਆ ਕਿ ਭਾਈ ਆ ਜਾਓ ਤੁਹਾਨੂੰ ਦਾਖਲਾ ਦੇਈਏ, ਉੱਥੇ ਕੋਈ ਜਾ ਕੇ ਰਾਜ਼ੀ ਨਹੀਂ ਜੀ। ਜਾ ਕੇ ਕਿਉਂ ਰਾਜ਼ੀ ਨਹੀਂ? ਕਿਉਂਕਿ ਕਾਲਜ ਦੇ ਵਿੱਚ ਵਿਦਿਆਰਥੀ ਜਾਂਦਾ ਪੜ੍ਹਨ, ਵਿਦਿਆ ਪ੍ਰਾਪਤ ਕਰਨ, ਸਿੱਖਣ ਸਿੱਖਣ। ਉਹ ਸਿੱਖਣ ਦੇ ਲਈ ਅਧਿਆਪਕ ਦੀ ਲੋੜ ਹੈ, ਅਧਿਆਪਕ ਉੱਥੇ ਹੈ ਨਹੀਂ। ਆਪਾਂ ਕਿੰਨੀ ਵਾਰ ਰੇਡੀਓ ਚੰਨ ਪ੍ਰਦੇਸੀ ਦੇ ਮਾਧਿਅਮ ਦੇ ਰਾਹੀਂ ਇਹ ਗੱਲ ਕੀਤੀ ਹੈ ਕਿ 1800 ਦੇ ਕਰੀਬ ਅਸਾਮੀਆਂ ਸਿਰਜੀਆਂ ਸਰਕਾਰ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਚ। 1800 ਦੇ ਵਿੱਚੋਂ ਤਕਰੀਬਨ 1300 ਖਾਲੀ ਨੇ,
ਤੇ ਜਦੋਂ 70% ਤੋਂ ਵੱਧ ਅਸਾਮੀਆਂ ਕਿਸੇ ਸੂਬੇ ਦੇ ਸਰਕਾਰੀ ਕਾਲਜਾਂ ਦੇ ਵਿੱਚ ਖਾਲੀ ਹੋਣਗੀਆਂ ਉੱਥੇ ਕਿਉਂ ਆਪਣੇ ਬੱਚੇ ਨੂੰ ਭੇਜੂਗਾ ਪੜ੍ਹਨ ਬਈ? ਕਿਉਂਕਿ ਬਿਲਡਿੰਗ ਨੇ ਤਾਂ ਪੜ੍ਹਾਉਣਾ ਨੀ, ਬੈਂਚ ਨੇ ਤਾਂ ਪੜ੍ਹਾਉਣਾ ਨੀ, ਸਰਕਾਰੀ ਕਾਲਜਾਂ ਦੀ ਗਰਾਊਂਡ ਦੇ ਵਿੱਚ ਉੱਗੀ ਘਾਹ ਨੇ ਤਾਂ ਪੜ੍ਹਾਉਣਾ ਨੀ, ਪੀਅਨ ਭਰਾ ਨੇ ਤਾਂ ਪੜ੍ਹਾਉਣਾ ਨੀ, ਕਲਰਕ ਅੰਕਲ ਨੇ ਤਾਂ ਪੜ੍ਹਾਉਣਾ ਨੀ, ਪੜ੍ਹਾਉਣਾ ਸਹਾਇਕ ਪ੍ਰੋਫੈਸਰ ਨੇ ਤੇ ਲੈਕਚਰਾਰ ਨੇ ਹੈ ਜਿਹੜੇ ਸਾਡੀ ਸਰਕਾਰ ਨੇ ਭਰਤੀ ਨੀ ਕਰਨੇ। ਦੇਖੋ ਕਿੱਡਾ ਵੱਡਾ ਮਹਾਨ ਸਟੈਪ ਲਿਆ ਕਿ ਅਸੀਂ ਐਡਮਿਸ਼ਨ ਆਨਲਾਈਨ ਕਰਨੇ ਆ। ਮੈਂ ਕਹਿੰਦਾ ਇਹਦੇ ਨਾਲ ਜੇ ਕਿਤੇ ਇੱਕ ਲਾਈਨ ਪੰਜਾਬ ਦੀ ਸਰਕਾਰ ਇਹ ਵੀ ਲਿਖ ਦਿੰਦੇ ਕਿ ਅਸੀਂ ਕਾਲਜਾਂ ਦੇ ਵਿੱਚ ਲੈਕਚਰਾਰਾਂ ਦੀ ਭਰਤੀ ਵੀ ਆਨਲਾਈਨ ਕਰਨੀ ਆ ਤਾਂ ਅਸੀਂ ਦੋਨੇ ਹੱਥ ਜੋੜ ਕੇ ਧੰਨਵਾਦ ਕਰਦੇ, ਕਿਉਂਕਿ ਜਿਹੜੀ ਚੀਜ਼ ਦੀ ਫੌਰੀ ਤੌਰ ਤੇ ਲੋੜ ਹੈ ਤੁਸੀਂ ਉਹ ਕਰੋ। ਵਿਦਿਆਰਥੀ ਤਾਂ ਤੁਸੀਂ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਭਰਤੀ ਕਰ ਲਓ, ਵਿਦਿਆਰਥੀਆਂ ਤੇ ਗਿਣਤੀ ਘੱਟ ਹੈ। ਜੇ ਸੀਟਾਂ 100 ਨੇ, ਵਿਦਿਆਰਥੀ ਅਪਲਾਈ ਕਰਦੇ 80, ਉਹਦੇ ਵਿੱਚੋਂ 80 ਦੇ ਵਿੱਚੋਂ ਦਾਖਲਾ ਲੈਂਦੇ ਆ 60, ਤਾਂ ਤੁਸੀਂ ਭਾਵੇਂ ਭਰਤੀਆਂ ਆਨਲਾਈਨ ਕਰ ਲਓ, ਐਡਮਿਸ਼ਨ ਭਾਵੇਂ ਆਫਲਾਈਨ ਕਰ ਲਓ, ਉਹਦੇ ਨਾਲ ਤਾਂ ਮੈਨੂੰ ਲੱਗਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ, ਕੋਈ ਸਮੱਸਿਆ ਜਿਹੜੀ ਹੈ ਖੜੀ ਨਹੀਂ ਹੋਣੀ। ਪਰ ਜਿੰਨੀ ਦੇਰ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਪੰਜਾਬ ਦਾ, ਉੱਚ ਸਿੱਖਿਆ ਵਿਭਾਗ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਅਸਲ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਦੀ ਜੜ ਨੂੰ ਫੜ ਕੇ ਉਹਨਾਂ ਨੂੰ ਹੱਲ ਕਰਨ ਦੇ ਵੱਲ ਨਹੀਂ ਨਾ ਵੱਧਦਾ ਸੁਖਨੈਬ ਜੀ, ਉਨੀ ਦੇਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਦੇਖੋ ਪੰਜਾਬ ਦੇ ਸਿੱਖਿਆ ਮੰਤਰੀ ਜਿਹੜੇ ਨੇ ਉਹ ਹੁਣ ਕਾਲਜ ਕਿਸੇ ਚ ਜਾਣ, ਉੱਥੇ ਜਾ ਕੇ ਵੇਖਣ ਕਿ ਅਸਾਮੀਆਂ ਕਿੰਨੀਆਂ ਖਾਲੀ ਆ ਤੇ ਕਿੰਨੀਆਂ ਭਰੀਆਂ, ਕਿੰਨੇ ਵਰੇ ਹੋ ਗਿਆ ਪ੍ਰਿੰਸੀਪਲ ਪੱਕੇ ਨੇ ਉੱਥੇ ਪੈਰ ਤੱਕ ਨਹੀਂ ਪਾਇਆ, ਕਿੰਨੇ ਵਰੇ ਹੋ ਗਿਆ ਲੈਬੋਰਟਰੀ ਦੇ ਵਿੱਚੋਂ ਕਦੇ ਕਿਸੇ ਬੀਕਰ ਦੇ ਵਿੱਚ ਕੋਈ ਕੈਮੀਕਲ ਪਾ ਕੇ ਕਿਸੇ ਨੇ ਰਿਸਰਚ ਤੱਕ ਨਹੀਂ ਕੀਤੀ, ਐਕਸਪੈਰੀਮੈਂਟ ਨਹੀਂ ਕੀਤਾ, ਕਿੰਨੇ ਵਰੇ ਹੋ ਗਿਆ ਲਾਇਬ੍ਰੇਰੀ ਦਾ ਦਰਵਾਜ਼ਾ ਤੱਕਦਾ ਆਪਣੀਆਂ ਰੋਣ ਦੀਆਂ ਅੱਖਾਂ ਦੇ ਨਾਲ ਕਿ ਕਦੇ ਕਿਸੇ ਲਾਇਬ੍ਰੇਰੀ ਦਾ ਕਦੇ ਕਿਸੇ ਰੀਸਟੋਰਰ ਦਾ ਮੈਂ ਮੂੰਹ ਤਾਂ ਇੱਥੇ ਵੇਖਾਂ ਪਰ ਹੈ ਨੀ। ਤੇ ਜਦੋਂ ਤੱਕ ਇਹ ਮੁੱਢਲੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਪੂਰੀਆਂ ਨਹੀਂ ਹੁੰਦੀਆਂ, ਉਨੀ ਦੇਰ ਤੁਸੀਂ ਦਾਖਲੇ ਜਿਵੇਂ ਮਰਜ਼ੀ ਕਰ ਲਓ, ਉਹਦੇ ਨਾਲ ਕੋਈ ਖੂਨ ਨਹੀਂ ਖੋਇਆ ਜਾਣਾ। ਦੇਖੋ ਸੁਖਨੈਬ ਜੀ ਕਿੱਦਾਂ ਦੇ ਹਾਲਾਤ ਨੇ ਜੀ, ਬਹੁਤੇ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰ ਨੇ BSc ਐਗਰੀਕਲਚਰ ਸ਼ੁਰੂ ਕਰਤੀ ਤੇ ਉੱਥੇ ਐਕਸਪੈਰੀਮੈਂਟ ਅਸੀਂ ਗਮਲਿਆਂ 'ਚ ਕਰਨੇ ਆ ਕਿ ਬਾਈ ਖੇਤੀ ਕਿੱਦਾਂ ਕਰੀਦੀ ਹੈ, ਕੋਈ ਮਾੜਾ ਮੋਟਾ ਯੰਤਰ ਸ਼ੰਤਰ ਰੱਖਦੇ ਉੱਥੇ, ਕੋਈ ਮਾੜਾ ਮੋਟਾ ਤੁਸੀਂ ਖੇਤ ਕੋਈ ਕਿਆਰੀ ਕਿਊਰੀ ਉੱਥੇ ਵਾਹੁਣ ਦੇ ਲਈ ਕੋਈ ਜੁਗਾੜ ਰੱਖਦੇ ਹੋ, ਕਿਉਂਕਿ ਖੇਤੀਬਾੜੀ ਜਿਹੜੀ ਹੈ ਉਹ ਕਾਗਜ਼ਾਂ ਤੇ ਨਹੀਂ ਹੁੰਦੀ, ਖੇਤੀਬਾੜੀ ਖੇਤ 'ਚ ਹੁੰਦੀ ਹੈ ਜੀ। ਖੇਤੀਬਾੜੀ ਜਿਹੜੀ ਆ ਪ੍ਰੈਕਟੀਕਲ ਇੱਕ ਸਬਜੈਕਟ ਆ ਤੇ ਤੁਸੀਂ ਥਿਊਰੀ ਦੇ ਨਾਲ ਨਾਲ ਹੀ ਬੱਚਿਆਂ ਨੂੰ BSc ਐਗਰੀਕਲਚਰ MSc ਐਗਰੀਕਲਚਰ ਕਰਾਈ ਜਾਂਦੇ ਹੋ। ਉਮੀਦ ਕਰਦੇ ਆ ਭਾਈ ਕਿ ਸਾਲ 6 ਮਹੀਨਿਆਂ ਦੇ ਵਿੱਚ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨੂੰ ਮੰਤਰੀਆਂ ਨੂੰ ਇੰਨੀ ਕੁ ਸਮਝ ਜ਼ਰੂਰ ਆ ਜਾਏਗੀ ਜੀ। ਵਾਟ ਸਾਹਿਬ ਹਾਲਾਤ ਤਾਂ ਬਹੁਤ ਮਾੜੇ ਨੇ ਜੀ, ਅਸੀਂ ਕਹਿ ਸਕਦੇ ਹਾਂ ਕਿ ਜਿਹੋ ਜਿਹੀ ਸਥਿਤੀ ਹੁਣ ਦੇਸ਼ ਤੇ ਦੁਨੀਆਂ ਦੇ ਵਿੱਚ ਬਣੀ ਹੋਈ ਹੈ। ਇਹਦੇ ਤੋਂ ਇਹ ਵੀ ਲੱਗਦਾ ਸਕੂਲਾਂ ਦੇ ਜੋ ਹੁਣ ਹਾਲਾਤ ਦੀ ਗੱਲ ਕਰਦੇ ਹਾਂ, ਇਹਦੇ ਚ ਮੈਂ ਇੰਸਟੀਚਿਊਟ ਵਾਲਿਆਂ ਜਿਹੜਾ ਪ੍ਰਾਈਵੇਟ ਵਾਲਿਆਂ ਨੂੰ ਮਿਲਿਆ ਕਿ ਕਿੰਨੇ ਕੁ ਪਰਸੈਂਟ ਐਡਮਿਸ਼ਨ ਹੋ ਰਹੀ ਹੈ, ਕਹਿੰਦੇ ਜੀ 50% ਤੋਂ ਵੱਧ ਘੱਟ ਗਈ, 60 ਤੋਂ ਵੀ ਘੱਟ ਸਕਦੀ ਹੈ। ਕਾਰਨ ਇੱਕੋ ਹੀ ਦੱਸਿਆ ਕਿ ਜਿਹੜਾ ਅੱਗੇ ਵਜ਼ੀਫਾ ਵਗੈਰਾ ਮਿਲਦਾ ਸੀ ਡੰਮੀ ਐਡਮਿਸ਼ਨਾਂ ਹੋ ਜਾਂਦੀਆਂ ਸੀ, ਉਹ ਸਾਰੀਆਂ ਬੰਦ ਹੋ ਗਈਆਂ ਜੀ। ਸੁਖਨੈਬ ਜੀ ਇੱਕ ਬਹੁਤ ਵੱਡਾ ਮਸਲਾ ਦੇਖੋ, ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਾਲ ਜੁੜਿਆ ਹੋਇਆ ਇਹ ਨੁਕਤਾ ਤੁਸੀਂ ਸਾਂਝਾ ਕੀਤਾ। ਹੁਣ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਨਾ ਇਸੇ ਕਰਕੇ ਦਾਖਲਾ ਲੈ ਲੈਂਦੇ ਸੀ, ਚਲੋ ਕਿਹੜਾ ਫੀਸ ਦੇਣੀ ਪੈਣੀ ਆ ਪੜ੍ਹ ਲੈਂਦੇ ਆ, ਤੇ ਬਹੁਤੀ ਵਾਰੀ ਵਿਦਿਆਰਥੀਆਂ ਦਾ ਦਾਖਲਾ ਕਰ ਦਿੱਤਾ ਜਾਂਦਾ ਸੀ ਕਿ ਭਾਈ ਸਾਡੇ ਕੋਲ ਤਾਂ 150 ਵਿਦਿਆਰਥੀ ਆ, ਇੰਨੇ ਪੈਸੇ ਭੇਜ ਦਿਓ। 2 ਸਾਲ ਹੋ ਗਏ ਪੰਜਾਬ ਦੇ ਕਿਸੇ ਕਾਲਜ ਨੂੰ ਇੱਕ ਧੇਲਾ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਰੂਪ ਚ ਮਿਲਿਆ ਨੀ। ਆ ਹੁਣ ਪਿੱਛੇ ਜਿਹਾ ਕੈਪਟਨ ਸਾਹਿਬ ਦੀ ਸਰਕਾਰ ਨੇ ਕਿਹਾ ਜ਼ਰੂਰ ਹੈ ਕਿ ਅਸੀਂ ਜਿਹੜੇ ਆ ਉਹ ਪੈਸੇ ਜਿਨ੍ਹਾਂ ਕਾਲਜਾਂ ਨੇ ਬੋਗਸ ਖਾਧੇ ਆ ਉਹਨਾਂ ਤੋਂ ਵਿਆਜ ਸਮੇਤ ਲੈਣੇ ਆ, ਤੇ ਪਿਛਲੇ ਸਾਰੇ ਪੈਸੇ ਅਸੀਂ ਕਾਲਜਾਂ ਦੇ ਦੇਣੇ, ਪਰ ਅਜੇ ਕਿਹਾ ਆ ਨਾ ਅਜੇ ਦਿੱਤੇ ਨੀ। ਵਿਦਿਆਰਥੀ ਕਹਿੰਦਾ ਕਿ ਜਿੰਨੀ ਦੇਰ ਮਿਲਦੇ ਨੀ ਮੈਂ ਦਾਖਲਾ ਨੀ ਲੈਣਾ। ਪ੍ਰਾਈਵੇਟ ਏਡਡ ਕਾਲਜਾਂ ਨੇ ਕਿਹਾ ਤਾਂ ਕਿ ਅਸੀਂ ਬਿਨਾਂ ਵਜ਼ੀਫੇ ਦੇ ਪੈਸੇ ਆਏ ਤੋਂ ਬੱਚੇ ਦਾਖਲ ਨੀ ਕਰਨੇ। ਐਤਕੀ ਤਾਂ ਬਹੁਤ ਵੱਡਾ ਭੰਬਲ ਭੂਸਾ ਤੇ ਬਹੁਤ ਵੱਡਾ ਘਾਟਾ ਵਿਦਿਆਰਥੀਆਂ ਦੀ ਗਿਣਤੀ ਦੇ ਰੂਪ ਚ ਪੈਣਾ ਹੀ ਪੈਣਾ ਜੀ। ਤੇ ਅਗਲੀ ਗੱਲ ਕਰੀਏ ਵਾਟ ਸਾਹਿਬ ਅਸੀਂ ਕਿ ਇੱਕ ਸੂਤੇ ਫਸ ਗਿਆ ਜੀ ਕਾਂਗਰਸੀ ਵਿਧਾਇਕ ਰਿੰਕੂ ਹੋਰੇ, ਉਹ ਪਤਨੀ ਵਾਲਾ ਮਾਮਲਾ ਹੈ ਜੀ ਕਿ ਪਤਨੀ ਦੇ ਪਲਾਟਾਂ ਦਾ ਮਾਮਲਾ? ਸੁਖਨੈਬ ਜੀ ਹੈ ਤਾਂ ਪਤਨੀ ਦੇ ਨਾਲ ਹੀ ਸੰਬੰਧਿਤ ਆ, ਭਾਵੇਂ ਪਲਾਟਾਂ ਦਾ ਤੇ ਭਾਵੇਂ ਕੋਈ ਹੋਰ। ਦੇਖੋ ਪਹਿਲੀ ਗੱਲ ਇਹ ਹੈ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਯੋਗਾ ਕੀਤਾ, ਯੋਗਾ ਡੇ ਸੀ ਨਾ, ਦੇਹਰਾਦੂਨ ਦੀਆਂ ਰਮਣੀਕ ਪਹਾੜੀਆਂ ਦੇ ਗੱਭੇ ਜਾ ਕੇ। ਆ ਪਿਛਲੇ ਦਿਨ ਇੱਕ ਉਹਦੀ ਵੀਡੀਓ ਆਈ ਸੀ, ਫਿਟਨੈਸ ਵੀਡੀਓ, ਉਦਣ ਵੀ ਕਾਲੇ ਰੰਗ ਦੇ ਕੱਪੜੇ ਪਾ ਕੇ ਬੜੇ ਟੇਢੇ ਟੂਢੇ ਹੁੰਦੇ ਸੀ। ਚਲੋ ਚੰਗੀ ਗੱਲ ਹੈ, ਦੇਖੋ ਸਰੀਰਕ ਤੌਰ ਦੇ ਉੱਤੇ ਆਪਣੇ ਆਪ ਨੂੰ ਫਿਟ ਰੱਖਣਾ ਇਹ ਕੁਦਰਤ ਦੀ ਆਪਾਂ ਸਮਝ ਲਏ ਕਿ ਦੇਣ ਹੀ ਆ ਜਿਹੜਾ ਬੰਦਾ ਇੱਦਾਂ ਰੱਖ ਸਕਦਾ ਆਪਣੇ ਆਪ ਨੂੰ। ਪਰ ਇੱਥੇ ਦੇਖੋ ਮੈਨੂੰ ਪੰਜਾਬ ਚ ਲੱਗਦਾ ਸੀ ਕਿ ਸਭ ਤੋਂ ਫਿੱਟ ਜਿਹੜੇ ਵਿਧਾਇਕ ਨੇ ਸੁਸ਼ੀਲ ਰਿੰਕੂ ਹੀ ਆ, ਜਿੰਨੀ ਛੇਤੀ ਦੌੜ ਕੇ 2 ਸਕਿੰਟਾਂ ਚੋਂ ਡਿੱਚ ਮਸ਼ੀਨ ਤੇ ਚੜੇ ਨਾ ਉਦਣ ਜਲੰਧਰ, ਜਿੱਦਣ ਨਵਜੋਤ ਸਿੰਘ ਸਿੱਧੂ ਕਹਿ ਕੇ ਆਏ ਸੀ ਕਿ ਭਾਈ ਢਾਹ ਦਿਓ ਜਿਹੜੀਆਂ ਗੈਰ ਕਾਨੂੰਨੀ ਉਸਾਰੀਆਂ ਨੇ,
ਇਹਨਾਂ ਨੇ ਸਕਿੰਟ ਦੋ ਹੀ ਲਾਏ, ਮੈਂ ਦੇਖਿਆ ਜਾ ਕੇ ਉਹ ਪ੍ਰਸੀਡ ਜੀ ਤੇ ਬਹਿ ਗਿਆ। ਉਹਦੇ ਤੋਂ ਬਾਅਦ ਉਹ ਬਲਡੋਜ਼ਰ ਚੱਲਿਆ ਨਹੀਂ, ਵਿੱਚ ਮਸ਼ੀਨ ਚੱਲੀ ਨਹੀਂ ਤੇ ਅੱਜ ਤੱਕ ਨਹੀਂ ਚੱਲੀ। ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਭਾਵੇਂ ਨਵਜੋਤ ਸਿੱਧੂ ਅਤੇ ਭਾਵੇਂ ਕੋਈ ਹੋਰ, ਭਾਵੇਂ ਮੇਰੀ ਪਾਰਟੀ ਦਾ ਬੰਦਾ ਭਾਵੇਂ ਕਿਸੇ ਹੋਰ ਦਾ, ਮੈਂ ਆਪਣੇ ਇਲਾਕੇ ਦੇ ਗਰੀਬ ਲੋਕਾਂ ਦੇ ਮਕਾਨ ਨਹੀਂ ਢਹਿਣ ਦੇਣੇ, ਭਾਵੇਂ ਉਹਨਾਂ ਨੇ ਦੋ ਨੰਬਰ ਚ ਬਣਾਏ ਆ। ਬੰਦੇ ਨੇ ਸਟੈਂਡ ਲੈ ਲਿਆ, ਨਵਜੋਤ ਸਿੰਘ ਸਿੱਧੂ ਮੁਰਦਾਬਾਦ ਤੇ ਸੁਸ਼ੀਲ ਰਿੰਕੂ ਜਿੰਦਾਬਾਦ ਹੋ ਗਈ। ਇਸ ਗੱਲ ਦਾ ਤੋੜ ਵੀ ਕੋਈ ਨਹੀਂ ਸੀ ਕਿ ਗਰੀਬ ਲੋਕਾਂ ਦੇ ਮਕਾਨ ਤਾਂ ਫਿਰ ਪਹਿਲਾਂ ਹੀ ਢਾਉਣੇ ਚਾਹੀਦੇ, ਭਾਵੇਂ ਉਹਨਾਂ ਨੇ ਦੋ ਨੰਬਰ ਚ ਬਣਾਏ ਆ। ਹੁਣ ਜਿਹੜਾ ਨਵਾਂ ਮਸਲਾ ਸਾਹਮਣੇ ਆ ਗਿਆ ਨਾ, ਉਸ ਮਸਲੇ ਨੇ ਸੁਸ਼ੀਲ ਰਿੰਕੂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਐਮ ਐਲ ਏ ਨੂੰ ਕਸੂਤਾ ਫਸਾਤਾ। ਇੱਕ ਬੀਜੇਪੀ ਦੇ ਉੱਥੇ ਲੀਡਰ ਨੇ ਸ਼ੀਤਲ ਅੰਗੁਰਾਲ, ਸ਼ੀਤਲ ਅੰਗੁਰਾਲ ਸੁਸ਼ੀਲ ਰਿੰਕੂ ਦੇ ਬੜੇ ਵਿਰੋਧੀ ਨੇ ਸ਼ੁਰੂ ਤੋਂ, ਜਦੋਂ ਐਮ ਐਲ ਏ ਨਹੀਂ ਸੁਣਦੇ ਉਦੋਂ ਵੀ ਕੌਂਸਲਰ ਹੀ ਸੀਗੇ। ਇਹ ਰਿੰਕੂ ਸ਼ੀਤਲ ਅੰਗੁਰਾਲ ਕੀ ਕਹਿੰਦੇ ਆ, ਉਹ ਕਹਿੰਦੇ ਆ ਦੇਖੋ ਮੇਰੇ ਕੋਲ ਦਸਤਾਵੇਜ਼, ਆਹ ਵੇਖੋ ਮੇਰੇ ਕੋਲ ਰਜਿਸਟਰੀਆਂ ਦੀਆਂ ਫੋਟੋ ਸਟੇਟ। ਉਹ ਕਹਿੰਦੇ ਕਿ ਅਸਲ ਦੇ ਵਿੱਚ ਸੁਸ਼ੀਲ ਰਿੰਕੂ ਨੇ ਡਿੱਚ ਮਸ਼ੀਨਾਂ ਇਸ ਕਰਕੇ ਨਹੀਂ ਸੀ ਰੋਕੀਆਂ ਕਿ ਉਹਨਾਂ ਦੇ ਹਲਕੇ ਦੇ ਵਿੱਚ ਗਰੀਬ ਲੋਕਾਂ ਦੇ ਮਕਾਨ ਢਹਿਣ ਜਾ ਰਹੇ ਸੀ। ਉਹ ਕਹਿੰਦੇ ਡਿੱਚ ਮਸ਼ੀਨਾਂ ਤਾਂ ਉਹਨਾਂ ਨੇ ਇਸ ਕਰਕੇ ਰੋਕੀਆਂ ਸੀ ਕਿਉਂਕਿ ਉੱਥੋਂ ਦੀਆਂ ਕਈ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਵਿਧਾਇਕ ਸੁਸ਼ੀਲ ਰਿੰਕੂ ਦੇ ਆਪਣੇ ਪਰਿਵਾਰ ਦੇ ਪਲਾਟ ਨੇ, ਉਹਨਾਂ ਦੀ ਕੀਮਤ ਘਟਣ ਤੋਂ ਬਚਾਉਣ ਦੇ ਲਈ ਕਹਿੰਦੇ ਉਹਨਾਂ ਨੇ ਕੀਤਾ। ਗਰੀਬਾਂ ਗਰੂਬਾਂ ਦੇ ਮਸੀਹਾ ਨਹੀਂ ਉਹ ਹੈਗੇ। ਹੁਣ ਪਹਿਲੀ ਗੱਲ ਉਹਨਾਂ ਨੇ ਕਹਿਤਾ ਜੀ ਆਹ ਵੇਖੋ ਨਵਜੋਤ ਸਿੰਘ ਸਿੱਧੂ ਇਸ ਕਲੋਨੀ ਦੇ ਬਾਰੇ ਕਹਿ ਕੇ ਗਏ ਆ ਕਿ ਸਾਰੀ ਢਾ ਦਿਓ, ਤੇ ਇਹਦੇ ਵਿੱਚ ਦੋ ਪਲਾਟ ਸੁਸ਼ੀਲ ਰਿੰਕੂ ਦੀ ਪਤਨੀ ਦੇ ਨਾਂ ਆ ਤੇ ਅਜੇ ਥੋੜਾ ਸਮਾਂ ਪਹਿਲੇ ਉਹਦੀਆਂ ਰਜਿਸਟਰੀਆਂ ਹੋਈਆਂ। ਇੱਕ ਦੋਸ਼ ਤਾਂ ਇਹ ਲਾਤਾ, ਦੂਸਰਾ ਦੋਸ਼ ਵੀ ਲਾਇਆ। ਉਹ ਕਹਿੰਦੇ ਦੇਖੋ ਦੋਨਾਂ ਪਲਾਟਾਂ ਦੀ ਰਜਿਸਟਰੀ ਇੱਕ ਦੀ ਕਮਰਸ਼ੀਅਲ ਹਿਸਾਬ ਦੇ ਨਾਲ ਕਰਤੀ, ਇੱਕ ਦੀ ਰੈਜੀਡੈਂਸ਼ੀਅਲ ਹਿਸਾਬ ਦੇ ਨਾਲ ਕਰਤੀ। ਇੱਕੋ ਥਾਂ ਦੇ ਦੋ ਪਲਾਟ ਨਾਲੋਂ ਨਾਲ ਕਹਿੰਦੇ ਲੱਗਦੇ ਆ, ਤੇ ਜਦੋਂ ਦੋ ਪਲਾਟ ਨਾਲੋਂ ਨਾਲ ਲੱਗਦੇ ਆ ਤਾਂ ਰਜਿਸਟਰੀਆਂ ਅੱਡ ਅੱਡ ਸਿਹਾ ਕਿਤਾਬ ਨਾਲ ਕਿਵੇਂ ਹੋ ਗਈਆਂ? ਤੀਸਰੀ ਗੱਲ, ਦੋ ਦੋਸ਼ ਹੋ ਗਏ। ਤੀਸਰਾ ਦੋਸ਼ ਉਹਨਾਂ ਨੇ ਲਾਤਾ, ਕਹਿੰਦੇ ਸਰਕਾਰ ਦਾ ਕਾਨੂੰਨ ਕਹਿੰਦਾ ਕਿ ਜੇ ਤੁਸੀਂ ਕਿਸੇ ਨੂੰ 2 ਲੱਖ ਰੁਪਈਏ ਤੋਂ 1 ਰੁਪਈਏ ਉੱਪਰ ਦੀ ਪੇਮੈਂਟ ਕਰਨੀ ਆ ਤਾਂ ਵਾਇਆ ਚੈੱਕ ਕਰਨੀ ਆ, ਕੈਸ਼ ਨਹੀਂ ਦੇ ਸਕਦੇ। ਉਹ ਕਹਿੰਦੇ ਪਲਾਟ ਖਰੀਦੇ ਆ ਰਿੰਕੂ ਸਾਹਿਬ ਦੀ ਪਤਨੀ ਨੇ, ਜਾਂ ਰਿੰਕੂ ਸਾਹਿਬ ਨੇ ਖਰੀਦੇ, ਜੇ ਪਤਨੀ ਨੇ ਖਰੀਦ ਲਏ ਤਾਂ ਉਹ ਕਹਿੰਦੇ ਸਿੱਧੇ ਤੌਰ ਤੇ ਹੁਣ ਸੁਸ਼ੀਲ ਰਿੰਕੂ ਇਹ ਦੱਸਣ ਕਿ ਪਲਾਟਾਂ ਦੀ ਕੀਮਤ 2 ਲੱਖ ਤਾਂ ਹੈ ਨਹੀਂ, ਉਹਨਾਂ ਦੀ ਮਹਿੰਗੇ ਪਲਾਟ ਨੇ। ਉਹਨਾਂ ਪਲਾਟਾਂ ਦੇ ਪੈਸੇ ਸੁਸ਼ੀਲ ਰਿੰਕੂ ਐਮ ਐਲ ਏ ਕਾਂਗਰਸ ਪਾਰਟੀ ਨੇ ਕਿਸ ਢੰਗ ਦੇ ਨਾਲ ਦਿੱਤੇ ਆ, ਕੈਸ਼ ਦੇ ਨਹੀਂ ਸਕਦੇ, ਜੇ ਹੋਰ ਕਿਸੇ ਢੰਗ ਨਾਲ ਦਿੱਤੇ ਆ ਤਾਂ ਸਾਡੇ ਸਾਹਮਣੇ ਰੱਖਣ। ਚਲੋ ਤੀਜਾ ਦੋਸ਼। ਚੌਥੀ ਗੱਲ, ਉਹ ਕਹਿੰਦੇ ਆ ਵੇਖੋ 2 ਏਕੜ ਤੋਂ ਵੱਧ ਇੱਕ ਹੋਰ ਜ਼ਮੀਨ ਸੁਸ਼ੀਲ ਰਿੰਕੂ ਦੀ ਮਾਤਾ ਤੇ ਉਹਨਾਂ ਦੀਆਂ ਭੈਣਾਂ ਦੇ ਨਾਂ ਆ ਤੇ ਇਸ ਜ਼ਮੀਨ ਦੇ ਉੱਤੇ ਵੀ ਗੈਰ ਕਾਨੂੰਨੀ ਕਲੋਨੀ ਬਣ ਰਹੀ ਹੈ। 4 ਦੋਸ਼ ਲਾ ਕੇ ਠੋਕ ਕੇ ਪੱਤਰਕਾਰ ਭਾਈਚਾਰਾ ਰਿੰਕੂ ਸਾਹਿਬ ਦੇ ਕੋਲੇ ਪਹੁੰਚ ਗਿਆ ਕਿ ਰਿੰਕੂ ਸਾਹਿਬ ਜਿਹਨਾਂ ਦੇ ਦੋਸ਼ ਤੁਸੀਂ ਸਿੱਧੂ ਦੇ ਉੱਤੇ ਲਾਉਂਦੇ ਸੀ ਉਦੋਂ ਮਣਾ ਮੂਹੀ ਵੱਡੇ ਦੋਸ਼ ਤਾਂ ਹੁਣ ਤੁਹਾਡੇ ਤੇ ਲੱਗ ਗਿਆ, ਕੀ ਕਹਿਣਾ ਚਾਹੁੰਦੇ ਆ? ਉਹ ਕਹਿੰਦੇ ਜੀ ਦੇਖੋ ਛੋਟੇ ਵੱਡੇ ਬੰਦੇ ਜਿਹੜੇ ਨੇ ਇੱਦਾਂ ਦੇ ਉਹ ਦੋਸ਼ ਲਾਉਂਦੇ ਰਹਿੰਦੇ, ਮੈਂ ਕੋਈ ਜਵਾਬ ਨਹੀਂ ਦੇਣਾ, ਮੈਨੂੰ ਸੰਬੰਧਿਤ ਡਿਪਾਰਟਮੈਂਟ ਨੋਟਿਸ ਭੇਜੇ, ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੂੰ। ਦੂਜੀ ਗੱਲ ਉਹ ਕਹਿੰਦੇ ਜੀ ਦੇਖੋ ਇਹ ਵੀ ਗੱਲ ਹੈ ਕਿ ਜਿਹੜੀ ਥਾਂ ਦੇ ਉੱਤੇ ਕਹਿੰਦੇ ਕਿ ਮੇਰੀ ਮਾਤਾ ਤੇ ਮੇਰੀਆਂ ਭੈਣਾਂ ਦੀ ਜ਼ਮੀਨ ਹੈ ਤੇ ਕਲੋਨੀ ਬਣਦੀ, ਕਹਿੰਦੇ ਅਸੀਂ ਵੇਚਤੀ ਪਿੱਛੇ ਜਾਏ ਤੇ ਹੁਣ ਸਾਨੂੰ ਨੀ ਪਤਾ ਕਿ ਜਿਹੜੀ ਅਸੀਂ ਜ਼ਮੀਨ ਵੇਚ ਹੀ ਦਿੱਤੀ ਹੈ ਉੱਥੇ ਕੀ ਬਣਦਾ ਤੇ ਕੀ ਨਹੀਂ ਬਣਦਾ, ਸਾਡਾ ਲੈਣਾ ਦੇਣਾ ਕੋਈ ਨੀ। ਇਹ ਸੁਖਰੇਵ ਜੀ ਕਮਾਲ ਹੈ, ਜਦੋਂ ਤਾਂ ਤੁਹਾਡੇ ਹਲਕੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੁਲਡੋਜ਼ਰ ਚਲਾ ਕੇ 2 ਨੰਬਰ ਦੀਆਂ ਇਮਾਰਤਾਂ ਢਾਉਣ ਆਉਂਦੇ ਆ ਉਦੋਂ ਤੁਹਾਡਾ ਤੁਹਾਡੇ ਸਾਰੇ ਹਲਕੇ ਦੇ ਨਾਲ ਲੈਣਾ ਦੇਣਾ, ਤੇ ਜਦੋਂ ਤੁਹਾਡੀ ਜ਼ਮੀਨ ਦੇ ਉੱਤੇ ਬਣ ਰਹੀਆਂ ਨਜਾਇਜ਼ ਕਲੋਨੀਆਂ ਸੰਬੰਧੀ ਕੋਈ ਪੱਤਰਕਾਰ ਸਵਾਲ ਪੁੱਛਦਾ ਤੇ ਤੁਸੀਂ ਕਹਿੰਦੇ ਹੋ ਮੈਂ ਤਾਂ ਵੇਚ ਦਿੱਤੀ, ਮੇਰਾ ਲੈਣਾ ਦੇਣਾ ਕੋਈ ਨੀ। ਹੁਣ ਜਾਂ ਤਾਂ ਗੋਲੀ ਇੱਕੋ ਹਥਿਆਰ ਦੇ ਵਿੱਚੋਂ ਚਲਾਓ ਨਾ, ਸਿੱਧੂ ਦੇ ਵਾਰੀ ਹਥਿਆਰ ਹੋਰ ਤੇ ਆਪਣੀ ਵਾਰੀ ਹਥਿਆਰ ਹੋਰ, ਏਦਾਂ ਦਾ ਕੰਮ ਔਖਾ। ਹੁਣ ਦੂਜੇ ਪਾਸੇ ਅੰਗੁਰਾਲ ਸਾਹਿਬ ਨੇ ਹੋਰ ਕਹਿਤਾ, ਉਹ ਕਹਿੰਦੇ ਜੀ ਦੇਖੋ ਸਰਕਾਰ ਹੈਗੀ ਇਹਨਾਂ ਦੀ ਹੱਥ ਵੱਸ ਹੈਗਾ ਸਾਰਾ ਕੁਝ ਇਹਨਾਂ ਦੇ, ਮੈਨੂੰ ਇਹਨਾਂ ਨੇ ਮਰਾ ਦੇਣਾ, ਮੇਰੇ ਟੱਬਰ ਦਾ ਵੀ ਨੁਕਸਾਨ ਕਰ ਸਕਦੇ ਆ, ਤੇ ਅੱਜ ਕਹਿੰਦੇ ਮੈਂ ਮੀਡੀਆ ਦੇ ਸਾਹਮਣੇ ਕਹਿ ਦਿੰਦਾ ਕਿ ਜੇ ਮੈਨੂੰ ਤੇ ਮੇਰੇ ਟੱਬਰ ਨੂੰ ਕੋਈ ਨੁਕਸਾਨ ਪੁੱਜਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦਾ ਐਮ ਐਲ ਏ ਇਹ ਹੋਏਗਾ ਸੁਸ਼ੀਲ ਰਿੰਕੂ। ਸੋ ਪਟਾਕਾ ਜਿਹਾ ਪੈ ਗਿਆ ਤੇ ਵੇਖਦੇ ਹਾਂ ਕਿ ਇਸ ਪਟਾਕੇ ਦੇ ਵਿੱਚੋਂ ਸੇਕ ਰਿੰਕੂ ਸਾਹਿਬ ਨੂੰ ਲੱਗਦਾ ਜਾਂ ਕਿਸੇ ਹੋਰ ਨੂੰ। ਜੀ ਵਟ ਸਾਹਿਬ, ਡੇਰਾ ਪ੍ਰੇਮੀ ਬਿੱਟੂ ਹੈ ਜਿਹੜੇ ਜੀ, ਉਹਨੇ ਜ਼ੁਰਮ ਕਬੂਲ ਲਿਆ, ਲੋਕ ਹੈਰਾਨ ਨੇ ਕਿ ਮੈਜਿਸਟ੍ਰੇਟ ਦੇ ਸਾਹਮਣੇ ਆਏ ਜੇ ਕਿਵੇਂ ਕਬੂਲ ਲਿਆ, ਕੋਈ ਹੋਰ ਕਹਾਣੀ ਤਾਂ ਨਹੀਂ ਪਿੱਛੇ? ਸੁਨਾ ਜੀ ਦੇਖੋ ਇਹ ਬੜਾ ਨਾ ਮਸਲਾ ਪੇਚੀਦਾ ਹੋ ਗਿਆ। ਪਹਿਲਾਂ ਤਾਂ ਪੰਜਾਬ ਪੁਲਿਸ ਵੱਲੋਂ ਖੱਟੜਾ ਸਾਹਿਬ ਨੇ 2 ਵਾਰੀ ਕਹਿਤਾ ਜੀ ਅਸੀਂ ਕੰਮ ਸਾਂਭ ਲਿਆ, ਨਿਬੜ ਗਿਆ, ਪਰ ਅਜੇ ਤੱਕ ਸਪਸ਼ਟ ਰੂਪ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰਕੇ ਏ ਤੋਂ ਲੈ ਕੇ ਜ਼ੈਡ ਤੱਕ ਕਹਾਣੀ ਉਹਨਾਂ ਨੇ ਨਹੀਂ ਦੱਸੀ। ਹੁਣ ਪੰਜਾਬ ਦੀ ਪੁਲਿਸ ਨੇ ਜਿੰਨਾ ਕੁ ਰਿਮਾਂਡ ਸਮੇਤ ਮਹਿੰਦਰਪਾਲ ਬਿੱਟੂ ਜਿਹਨੂੰ ਬਿੱਟੂ ਬਾਈ ਕੋਟਕਪੁਰੇ ਵਾਲਾ ਕਹਿੰਦੇ ਆ ਤੇ ਪਾਲਮਪੁਰ ਤੋਂ ਕਾਬੂ ਕੀਤਾ ਸੀ, ਉਹਨੂੰ ਤੇ ਉਹਦੇ 9 ਸਾਥੀਆਂ ਨੂੰ ਪੰਜਾਬ ਦੀ ਪੁਲਿਸ ਨੇ
ਜਾ ਕੇ ਪੇਸ਼ ਕਰ ਦਿੱਤਾ, ਕਹਿਤਾ ਸਾਨੂੰ ਰਿਮਾਂਡ ਨਹੀਂ ਚਾਹੀਦਾ, ਜੇਲ੍ਹ ਭੇਜ ਦਿਓ। ਅਗਲਿਆਂ 14 ਦਿਨ ਦੇ ਲਈ ਜੇਲ੍ਹ ਭੇਜ ਦਿੱਤਾ ਤੇ ਨਾਲ ਦੀ ਨਾਲ ਇਹ ਦਾਅਵੇ ਹੋਣ ਲੱਗ ਪਏ ਸੂਤਰਾਂ ਤੋਂ ਕਿ ਮਹਿੰਦਰਪਾਲ ਬਿੱਟੂ ਬਾਈ ਨੇ ਆਪਣਾ ਕਸੂਰ ਮੰਨ ਲਿਆ ਜੀ। ਤੇ ਜਿਹੜੀ ਕਹਾਣੀ ਦੱਸੀ ਜਾ ਰਹੀ ਹੈ ਉਸ ਕਹਾਣੀ ਦੇ ਮੁਤਾਬਕ ਉਹ ਕਹਿੰਦੇ ਜੀ ਉਹਨਾਂ ਨੇ ਅਦਾਲਤ ਦੇ ਵਿੱਚ ਕਿਹਾ ਕਿ ਪਿੰਡ ਬੁੱਧ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਜਿਹੜੇ ਸਰੂਪ ਚੋਰੀ ਹੋਏ ਆ ਉਹ ਸੁਖਜਿੰਦਰ ਸੰਨੀ ਤੇ ਰਣਦੀਪ ਸਿੰਘ ਨੀਲਾ ਨੇ ਚੋਰੀ ਕੀਤੇ ਆ, ਮੋਟਰਸਾਈਕਲ ਤੇ ਗਏ ਸੀ। ਉਹਦੇ ਤੋਂ ਬਾਅਦ ਬਾਕੀ ਜਿਹੜੇ ਸਾਥੀ ਸੀ ਉਹਨਾਂ ਨੇ ਉਹਨਾਂ ਦਾ ਵੱਖ ਵੱਖ ਤਰੀਕਿਆਂ ਦੇ ਨਾਲ ਸਹਿਯੋਗ ਦਿੱਤਾ। ਹੁਣ ਤਾਂ ਇੱਥੋਂ ਤੱਕ ਵੀ ਦਾਅਵਾ ਕੀਤਾ ਜਾ ਰਿਹਾ ਕਿ CBI ਦੀ ਟੀਮ ਜਿਹਨਾਂ ਨੂੰ 3 ਦਿਨ ਹੋ ਗਏ ਇਹਨਾਂ ਤੋਂ ਪੁੱਛਗਿੱਛ ਕਰਦਿਆਂ, ਉਹ ਤਾਂ ਇਹਨਾਂ ਨੂੰ ਬੁਰਜ ਜਵਾਹਰ ਸਿੰਘ ਵਾਲੇ ਦੇ ਉਹਨਾਂ ਸੜਕਾਂ ਦੇ ਉੱਤੇ ਵੀ ਲੈ ਕੇ ਗਏ ਆ, ਜਿਹੜੇ ਰਾਹਾਂ ਦੇ ਉੱਤੋਂ ਦੀ ਮੋਟਰਸਾਈਕਲ ਚਲਾ ਕੇ ਇਹ ਗਏ ਆ ਤੇ ਸਰੂਪ ਚੋਰੀ ਕਰਕੇ ਆਏ ਆ। ਹੁਣ ਉਮੀਦ ਹੈ ਕਿ ਕੱਲ ਨੂੰ, ਵੈਸੇ ਤਾਂ ਅੱਜ ਦੀ ਉਮੀਦ ਸੀ ਕਿ ਕੱਲ ਨੂੰ CBI ਇਹਨਾਂ 10 ਤੇ 10 ਬੰਦਿਆਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਦੀ ਵੀ ਅਦਾਲਤ ਵਿੱਚ ਬੇਨਤੀ ਕਰੇਗੀ, ਤੇ ਜੇ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਤਾਂ 5-7 ਦਿਨ ਏਦਾਂ ਹੀ ਕੰਮ ਜਿਹੜਾ ਅੱਗੇ ਨੂੰ ਲੰਘ ਜਾਣਾ। ਪਰ ਅਜੇ ਤੱਕ ਡੇਰਾ ਪ੍ਰੇਮੀ ਬਿੱਟੂ ਦਾ ਪਰਿਵਾਰ ਜਿਹੜਾ ਉਹਨੇ ਸਾਹਮਣੇ ਆ ਕੇ ਇੱਕ ਵਾਰੀ ਵੀ ਇਹ ਨਹੀਂ ਕਿਹਾ ਕਿ ਜਿਹੜਾ ਮਹਿੰਦਰਪਾਲ ਬਿੱਟੂ ਹੈ ਉਹਦੇ ਬਾਰੇ ਇਹ ਸਾਰੇ ਦਾਅਵੇ ਗਲਤ ਕੀਤੇ ਜਾ ਰਹੇ ਆ। ਸੋ ਕਿਤੇ ਨਾ ਕਿਤੇ ਲੱਗਦਾ ਕਿ 5-6 ਦਿਨਾਂ ਦੇ ਵਿੱਚ ਕੋਈ ਨਾ ਕੋਈ ਪਟਾਕਾ ਇਸ ਮੁੱਦੇ ਦੇ ਉੱਤੇ, ਸੁਖਨੈਬ ਜੀ, ਕਿਸੇ ਵੀ ਢੰਗ ਤਰੀਕੇ ਦਾ ਹਾਂ ਪੱਖੀ ਜਾਂ ਨਾ ਪੱਖੀ ਪਏਗਾ ਜ਼ਰੂਰ ਜੀ। ਮਾਰ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਜਾਰੀ ਰੱਖਦੇ ਹਾਂ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ। ਬਰ ਸਾਹਿਬ, ਨਸ਼ਾ ਤਸਕਰੀ ਚ 3 ਸੂਬਿਆਂ ਦੇ ਤਸਕਰ ਨਾਮਜ਼ਦ ਹੋਏ ਆ ਜੀ। ਸੁਖਨੈਬ ਜੀ, ਉਹੀ ਮਸਲਾ ਜਿਹਦੇ ਵਿੱਚ ਪਤਾ ਲੱਗਾ ਸੀ ਕਿ ਭਾਂਡਿਆਂ ਦੇ ਵਿੱਚ ਸਮਾਨ ਭੇਜਣਾ ਸੀ ਕੈਨੇਡਾ, ਤੇ ਭਾਂਡਿਆਂ ਦੇ ਵਿੱਚ ਸਮਾਨ ਭੇਜਣ ਤੋਂ ਪਹਿਲਾਂ ਆਪਣੇ ਭਾਂਡੇ ਕਾਨੂੰਨੀ ਤੌਰ ਤੇ ਇਹਨਾਂ ਦੇ ਵਿਕ ਹੈ। ਇੱਕ ਬੰਦਾ ਜਿਹੜਾ ਕਾਬੂ ਆਇਆ ਸੀ ਉਹ ਕੈਨੇਡਾ ਦਾ ਸੀ, ਅੱਜ ਕੱਲ ਖੰਨੇ ਰਹਿੰਦਾ ਸੀ, ਉਹ ਗ੍ਰਿਫ਼ਤਾਰ ਹੈ। ਦੂਸਰਾ ਬੰਦਾ ਜਿਹੜਾ ਸੂਤਰਧਾਰ ਮੰਨਿਆ ਜਾਂਦਾ ਸੀ ਇਸ ਸਾਰੇ ਮਸਲੇ ਦਾ, ਉਹ ਅਜੇ ਤੱਕ ਵੀ ਕੈਨੇਡਾ ਰਹਿੰਦਾ ਤੇ ਉੱਥੇ ਹੀ ਹੈ। 3 ਬੰਦੇ ਹੋਰ ਕਾਬੂ ਆਏ ਸੀ ਇਹਨਾਂ ਦੇ ਨਾਲ, ਜਿਨ੍ਹਾਂ ਨੇ ਮਲੇਰਕੋਟਲੇ ਤੋਂ ਭਾਂਡੇ ਵੱਡੇ ਵੱਡੇ ਖਰੀਦੇ, ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਲਈ ਰੋਟੀ ਭੋਜਨ ਲੰਗਰ ਕੁਝ ਵੀ ਕਹਿ ਲਓ ਤਿਆਰ ਕਰਨਾ ਹੋਵੇ ਜੀ। ਫਿਰ 2 ਮੰਨ ਲਓ ਕੜਾਏ ਨੇ, ਉਹ 2 ਕੜਾਇਆਂ ਨੂੰ ਬਿਲਡ ਕਰਕੇ 1 ਬਣਾਇਆ, ਬਾਹਰੋਂ 1 ਹੀ ਲੱਗਦਾ ਸੀ, ਵਿੱਚ ਜਿਹੜਾ ਹੋਲ ਰਹਿ ਜਾਂਦਾ ਸੀ ਉਹ 'ਚ ਨਸ਼ਾ ਭਰਿਆ ਸੀ, ਉਹਨੂੰ ਕੋਰੀਅਰ ਕਰਕੇ ਕੈਨੇਡਾ ਭੇਜਣਾ ਸੀ। ਤੇ ਬਾਅਦ ਵਿੱਚ ਇਹ ਮੰਨ ਵੀ ਕਹਿ ਕਹਿੰਦੇ 2 ਵਾਰੀ ਅਫੀਮ ਭੇਜੀ ਆ ਜੀ ਅਸੀਂ, ਮਠਿਆਈ ਦੇ ਰੂਪ ਦੇ ਵਿੱਚ ਭੇਜ ਦਿੱਤੀ ਹੈ, ਕੋਰੀਅਰ ਹੋ ਗਈ ਸੀ, ਬੜੇ ਆਰਾਮ ਦੇ ਨਾਲ ਚੱਲੇਗੀ। ਹੁਣ ਅਸੀਂ ਸੋਚਦੇ ਸੀ ਕਿ ਭਾਈ ਕੈਟਾਮਾਈਨ ਵੀ ਭੇਜੀਏ, ਅਫੀਮ ਵੀ ਭੇਜੀਏ, 4 ਪੈਸੇ ਵੱਧ ਬਣ ਜਾਣਗੇ। ਇਹ ਜਿਹੜੇ 4 ਬੰਦੇ ਕਾਬੂ ਆਏ ਵਿੱਚੋਂ 3 ਪੰਜਾਬ ਰਹਿਣ ਵਾਲੇ ਆ, ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਜੀ ਮੈਂ ਤਾਂ ਐਵੇਂ ਹੀ ਮਾਰਿਆ ਗਿਆ। ਕਿਵੇਂ ਮਾਰਿਆ ਗਿਆ? ਕਹਿੰਦਾ ਜੀ ਮੇਰਾ ਇੱਕ ਰਿਸ਼ਤੇਦਾਰ ਸੀ, ਉਹਨੂੰ ਪਤਾ ਸੀ ਕਿ ਮੇਰੀ ਇੱਕੋ ਇੱਕ ਕੁੜੀ ਆ ਤੇ ਮੈਂ ਉਹਨੂੰ ਕੈਨੇਡਾ ਭੇਜਣਾ ਚਾਹੁੰਦਾ, ਤੇ ਉਹਨੇ ਮੈਨੂੰ ਕਿਹਾ ਕਿ ਤੂੰ 2 ਸਾਲ ਸਾਡੇ ਨਾਲ ਕੰਮ ਕਰਾ ਦੇ, ਤੇਰੀ ਬੇਟੀ ਨੂੰ ਤਾਂ ਕੈਨੇਡਾ ਅਸੀਂ ਲੈ ਜਾਵਾਂਗੇ ਜੀ। ਉਹ ਕਹਿੰਦੇ ਮੈਂ ਬੇਟੀ ਨੂੰ ਕੈਨੇਡਾ ਭੇਜਦਾ ਨਸ਼ਾ ਤਸਕਰੀ ਚ ਫਸ ਗਿਆ ਤੇ ਹੁਣ ਜੇਲ੍ਹ ਚ ਬੈਠਾ, ਨਾ ਉਹ ਕੈਨੇਡਾ ਗਈ ਤੇ ਨਾ ਮੇਰੇ ਕੋਲ ਕੁਝ ਚੰਗਾ ਕੰਮ ਕਰ ਹੋਇਆ, ਬਦਨਾਮੀ ਵਾਧੂ ਹੋ ਗਈ। ਹੁਣ ਜਦੋਂ ਇਹਨਾਂ ਤੋਂ 4 ਦਿਨ ਦਾ ਰਿਮਾਂਡ ਲੈ ਕੇ ਪੁੱਛ ਪੜਤਾਲ ਕੀਤੀ ਗਈ ਤਾਂ ਇੱਕ ਗੱਲ ਇਹ ਮੰਨ ਗਏ ਕਿ ਮਸਲਾ ਪੰਜਾਬ ਤੋਂ ਕੈਨੇਡਾ ਤੱਕ ਤਸਕਰੀ ਕਰਨ ਦਾ ਹੀ ਨਹੀਂ ਹੈਗਾ, ਇਹਦੇ ਤਾਰ ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ ਵੀ ਜੁੜੇ ਹੋਏ ਆ। ਹੁਣ 3 ਬੰਦੇ ਹੋਰ ਨਾਮਜ਼ਦ ਕੀਤੇ ਗਏ ਆ, ਇਹਨਾਂ ਦੇ ਵਿੱਚ ਇੱਕ ਉੱਤਰ ਪ੍ਰਦੇਸ਼ ਦਾ ਅਲਫਾਜ਼ ਹੈ, ਦੂਸਰਾ ਮੱਧ ਪ੍ਰਦੇਸ਼ ਦਾ ਘਨਸ਼ਿਆਮ ਹੈ, ਤੀਸਰਾ ਕੋਲਕਾਤਾ ਦਾ ਬਿਲਾਲ ਹੈ। ਇਹ 3 ਬੰਦੇ ਤਸਕਰ ਨੇ ਤੇ ਇਹਨਾਂ ਤੋਂ ਕੰਮ ਕੀ ਲਿਆ ਜਾਂਦਾ ਸੀ ਕਿ ਤੁਸੀਂ ਅਫੀਮ ਜਾਂ ਕੈਟਾਮਾਈਨ ਜਿਹੜੀ ਵੀ ਪੰਜਾਬ ਦੇ ਇਹਨਾਂ ਤਸਕਰਾਂ ਨੂੰ ਲੋੜ ਹੋਵੇ ਉਹ ਤੁਰੰਤ ਹੋਮ ਡਿਲੀਵਰੀ ਕਰਦੇ ਸੀ, ਪੰਜਾਬ ਤੱਕ ਛੱਡ ਕੇ ਜਾਂਦੇ ਸੀ। ਤੇ ਹੁਣ ਇਹਨਾਂ 3 ਨੂੰ ਗ੍ਰਿਫ਼ਤਾਰ ਕਰਨ ਦਾ ਯਤਨ ਕੀਤਾ ਜਾਣਾ, ਤੇ ਨਾਲ ਦੀ ਨਾਲ ਸੁਖਨੈਬ ਜੀ ਅਜੇ ਤੱਕ ਇਸ ਗੱਲ ਦਾ ਪਤਾ ਕੀਤਾ ਜਾਣਾ ਬਾਕੀ ਹੈ ਕਿ ਐਤਕੀ ਜਿਹੜਾ ਕੋਰੀਅਰ ਭੇਜਣਾ ਸੀ ਉਹ ਕਿਹਦੇ ਨਾਮ ਦੇ ਉੱਤੇ ਭੇਜਣਾ ਸੀ, ਕਿਹਨੂੰ ਭੇਜਣਾ ਸੀ, ਕੈਨੇਡਾ ਦੇ ਵਿੱਚ ਉਹਨੂੰ ਰਿਸੀਵ ਕਿਹਨੇ ਕਰਨਾ ਸੀ, ਉਸ ਬੰਦੇ ਦਾ ਪਤਾ ਲੱਗਣਾ ਵੀ ਜ਼ਰੂਰੀ ਹੈ ਨਾ। ਕਿਉਂਕਿ ਜੇ ਉਹ ਬੰਦਾ ਪੂਰੇ ਤਰੀਕੇ ਦੇ ਨਾਲ ਨੰਗਾ ਨਾ ਹੋਇਆ ਤਾਂ ਫਿਰ ਇੱਧਰਲੇ ਪੰਜਾਬ ਵਾਲੇ ਬੰਦੇ ਕੀ ਆ ਕਿ ਹੋਰ 6 ਮਹੀਨਿਆਂ ਨੂੰ 4 ਬੰਦੇ ਹੋਰ ਕਾਇਮ ਕਰ ਲਓ ਤੇ ਉਹਨਾਂ ਤੋਂ ਇਹੀ ਕੰਮ ਕਰਾਉਣ ਲੱਗ ਪਊ। ਜਿਹੜੇ ਕੋਰੀਅਰ ਕੰਪਨੀ ਦੇ ਰਾਹੀਂ ਇਹ ਸਾਰਾ ਸਮਾਨ ਭੇਜਿਆ ਜਾਣਾ ਸੀ ਉਸ ਕੰਪਨੀ ਦੇ ਮਾਲਕ ਤੋਂ ਵੀ ਪੁੱਛਗਿੱਛ ਹੋ ਰਹੀ ਹੈ। ਉਹ ਕਹਿੰਦਾ ਜੀ ਦੇਖੋ 75,000 ਰੁਪਈਏ ਦੇ ਵਿੱਚ ਸੌਦਾ ਹੋਇਆ ਸੀ, ਇਹ ਕਹਿੰਦੇ ਸੀ ਇੰਨਾ ਭਾਰ ਜਾਣਾ, ਅਸੀਂ ਤਾਂ ਕਹਿੰਦੇ ਸਮਾਨ ਭੇਜਣਾ, ਅਸੀਂ ਸਮਾਨ ਦੇ ਵਿੱਚ ਵੜ ਕੇ ਤਾਂ ਵੇਖਣਾ ਨੀ। ਉਹ ਕਹਿੰਦੇ ਜਦੋਂ ਇਹਨਾਂ ਨੇ ID ਪਰੂਫ ਦਿੱਤਾ ਮੈਂ ਦਿੱਲੀ ਭੇਜਿਆ ਸਕੈਨ ਕਰਕੇ ਹੈੱਡ ਆਫਿਸ, ਤੇ ਉਹਨਾਂ ਨੇ ਕਹਿਤਾ ਸੀ ਕਿ ID ਪਰੂਫ ਜਾਲੀ ਆ, ਇਹ ਡਿਲੀਵਰੀ ਤੁਸੀਂ ਭੇਜਿਓ ਨਾ। 75,000 ਰੁਪਈਏ ਕਹਿੰਦੇ ਇਹਨਾਂ ਨੇ ਮੈਨੂੰ ਦਿੱਤਾ ਸੀ, ਕੋਰੀਅਰ ਦਾ ਕਿਰਾਇਆ ਲਾ ਲਓ, ਭਾੜਾ ਲਾ ਲਓ,
ਉਹਦੇ ਵਿੱਚੋਂ ਕਹਿੰਦੇ ਮੈਂ 50,000 ਤਾਂ ਇਹਨਾਂ ਨੂੰ ਮੋੜ ਵੀ ਚੁੱਕਿਆ, ਸਿਰਫ 25,000 ਰੁਪਇਆ ਬਾਕੀ ਰਹਿੰਦਾ ਸੀ ਕਿਉਂਕਿ ਹੈੱਡ ਆਫਿਸ ਨੇ ਅਜੇ ਮੈਨੂੰ ਵਾਪਸ ਨਹੀਂ ਸੀ ਕੀਤਾ, ਨਹੀਂ ਤਾਂ ਮੈਂ ਉਹ ਵੀ ਵਾਪਸ ਕਰ ਦੇਣਾ ਸੀ। ਸੋ ਹਰ ਇੱਕ ਬੰਦਾ ਇਸ ਕੈਨੇਡੀਅਨ ਡਾਰਕ ਰੈਕਟ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਦਾ ਯਤਨ ਕਰ ਰਿਹਾ, ਪਰ ਜਿੰਨੀ ਵੱਡੀ ਪੱਧਰ ਦੇ ਉੱਤੇ ਇਹਨਾਂ ਨੇ ਕੈਟਾਮਾਈਨ ਤੇ ਅਫੀਮ ਭੇਜਣੀ ਸੀ, ਲੱਗਦਾ ਕਿ ਮਸਲਾ 3 ਪੰਜਾਬ ਤੋਂ ਬਾਹਰਲੇ ਤੇ 4 ਪੰਜਾਬ ਦੇ ਤਸਕਰਾਂ ਤੱਕ ਸੀਮਤ ਨਹੀਂ, ਕੁੱਝ ਨਾ ਕੁੱਝ ਹੋਰ ਵੱਡੇ ਨਾਮ ਵੀ ਇਸ ਸਾਰੇ ਮਸਲੇ ਦੇ ਵਿੱਚ ਜੇ ਇਮਾਨਦਾਰੀ ਦੇ ਨਾਲ ਜਾਂਚ ਪੜਤਾਲ ਹੋਈ ਤਾਂ ਸਾਹਮਣੇ ਆ ਜ਼ਰੂਰ ਸਕਦੇ ਆ ਜੀ। ਤੇ ਵਟਸਐਪ ਨਾਲ ਹੀ ਜੰਗਲਾਤ ਵਾਲਾ ਮਹਿਕਮਾ ਵੀ ਕਹਿੰਦੇ ਸਰਗਰਮ ਹੋ ਗਿਆ ਜੀ, ਤੇ ਉਧਰੋਂ ਇੱਕ ਜੰਗਲਾਤ ਵਾਲਿਆਂ ਦੇ ਉੱਤੇ ਟਕਰਾਅ ਜੇ ਵਾਲੀ ਗੱਲ ਆ ਗਈ ਸੀ, ਅਟੈਕ ਹੋ ਗਿਆ ਸੀ, ਉੱਥੇ ਸੁਖਬੀਰ ਬਾਦਲ ਸਰਗਰਮ ਹੋ ਗਏ। ਦੇਖੋ ਸੁਖਨੈਵ ਜੀ, ਇਹ ਜਿਹੜਾ ਜੰਗਲਾਤ ਵਾਲਾ ਮਸਲਾ ਇਹ ਨਜਾਇਜ਼ ਮਾਈਨਿੰਗ ਦਾ, ਆਪਾਂ ਕੱਲ ਬੜੇ ਵਿਸਥਾਰ ਚ ਗੱਲ ਕੀਤੀ ਸੀ ਕਿ ਕਿਵੇਂ ਇੱਕ ਫੋਰੈਸਟ ਅਧਿਕਾਰੀ ਨੂੰ ਸਿਉਂਕ ਪਿੰਡ ਦੇ ਨੇੜੇ ਮਾਈਨਿੰਗ ਮਾਫੀਆ ਨੇ ਸਿਰ ਦੇ ਵਿੱਚ ਰਾਡਾ ਮਾਰ ਮਾਰ ਕੇ ਕਤਲ ਕਰਨ ਦਾ ਯਤਨ ਕੀਤਾ, 150 ਟਾਂਕੀ ਉਹਦੇ ਤੇ ਲੱਗੀ ਸਿਰ ਚ, 4-5 ਥਾਵਾਂ ਤੋਂ ਹੱਡੀ ਟੁੱਟੀ ਉਹਦੇ ਸਿਰ ਦੀ, PGI ਦੇ ਵਿੱਚ ਅੱਜ ਵੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਆਪਾਂ ਕੱਲ ਨਾਲ ਦੀ ਨਾਲ ਇਹ ਵੀ ਗੱਲ ਕੀਤੀ ਸੀ ਕਿ ਪਿਛਲੇ ਦਿਨਾਂ ਚ ਕਿਵੇਂ ਇੱਕ ਰੋਪੜ ਦਾ ਮਾਈਨਿੰਗ ਅਧਿਕਾਰੀ ਜਿਹੜਾ ਉਹਦਾ ਮਾਈਨਿੰਗ ਮਾਫੀਆ ਨੇ ਕਟਾਪਾ ਕੱਢਿਆ ਸੀ, ਉਹ ਪੁਲਿਸ ਨੂੰ ਟੈਲੀਫੋਨ ਕਰਦਾ ਰਿਹਾ ਲੁਕਿਆ ਹਨੇਰੇ ਦੇ ਵਿੱਚ ਕਿਤੇ, 2 ਘੰਟੇ ਪੁਲਿਸ ਨੇ ਆਈ ਉਹ ਧਾਹਾਂ ਮਾਰ ਮਾਰ ਕੇ ਰੋਇਆ ਸੀ ਥਾਣੇ ਚ ਕਿ ਮੇਰੇ ਨਾਲ ਮਾਈਨਿੰਗ ਮਾਫੀਆ ਨੇ ਆਹ ਕੁਝ ਕੀਤਾ। ਆਪਾਂ ਕੱਲ ਇੱਕ ਬੀਬੀ ਦਾ ਵੀ ਜ਼ਿਕਰ ਕੀਤਾ ਸੀ ਜਿਹੜੀ ਮਾਈਨਿੰਗ ਆਫਿਸਰ ਸੀ, ਦਿਨ ਦਿਹਾੜੇ ਉਹ ਬੀਬੀ ਆਪਣੀ ਗੱਡੀ ਦੇ ਵਿੱਚ ਲੌਕ ਕਰਕੇ ਬਚੀ, ਮਾਈਨਿੰਗ ਮਾਫੀਆ ਨੇ ਉਹਨੂੰ ਮਿਲੀ ਸੀ ਛੱਡਣਾ। ਚਲੋ ਹੁਣ ਆਪਾਂ ਅਜਿਹਾ ਜੰਗਲਾਤ ਵਿਭਾਗ ਵਾਲਿਆਂ ਦੀ ਗੱਲ ਕਰਦੇ ਸੀ ਅੱਜ ਅਮਰਜੀਤ ਸੰਧੂਆ ਦੇ ਨਾਲ ਜੋ ਕੁਝ ਹੋਇਆ, ਹਾਲਾਂਕਿ ਉਹਦੇ ਕਈ ਪਹਿਲੂ ਨੇ ਆਪਾਂ ਚਰਚਾ ਕਰਦੇ ਹਾਂ, ਪਰ ਉਹ ਜਿਹੜਾ ਜੰਗਲਾਤ ਵਿਭਾਗ ਦਾ ਆਫਿਸਰ ਸੀ ਦਵਿੰਦਰ, ਦੇਖੋ ਪਹਿਲੀ ਗੱਲ ਹੈ ਕਿ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ, ਅੱਜ ਅਕਾਲੀ ਚਲੇ ਗਿਆ ਉੱਥੇ PGI, ਹਾਲ ਚਾਲ ਪੁੱਛਣਾ, ਡਾਕਟਰ ਦਿਲਜੀਤ ਚੀਮਾ ਨਾਲ ਦੀ ਨਾਲ ਬਰਾੜ ਸਾਹਿਬ, ਇਹਦੇ ਤੋਂ ਬਾਅਦ ਕਈ ਹੋਰ ਲੀਡਰ ਵੱਡੇ ਵੱਡੇ ਅਕਾਲੀ ਦਲ ਦੇ, ਉਹ ਸਾਰੇ ਬੰਦੇ ਜਦੋਂ ਉੱਥੇ ਗਏ ਉਹ ਕਹਿੰਦੇ ਜੀ ਦੇਖੋ ਬੜੀ ਅਜੀਬ ਗੱਲ ਹੈ ਕਿ ਦਵਿੰਦਰ ਸਿੰਘ ਨੂੰ ਇੰਨਾ ਜ਼ਿਆਦਾ ਜ਼ਖਮੀ ਹੋਣ ਦੇ ਬਾਵਜੂਦ ਟੁੱਟੇ ਜਿਹਾ ਸਟਰੇਚਰ ਤੇ ਪਾ ਕੇ ਬਰਾਂਡੇ ਚ ਰੱਖਿਆ ਸੀ ਜੀ, PGI ਦੇ ਵਿੱਚ ਕਹਿੰਦੇ ਇੰਨੇ ਮਾੜੇ ਪ੍ਰਬੰਧ ਅਸੀਂ ਦੇਖ ਕੇ ਹੈਰਾਨ ਹੋ ਗਏ। ਤੇ ਨਾਲ ਦੀ ਨਾਲ ਅਕਾਲੀਆਂ ਨੇ ਕਿਹਾ ਕੋਈ ਗੱਲ ਨੀ ਅਸੀਂ ਨਾ ਤੁਹਾਡੇ ਹੱਕ ਚ ਹਾਂ, ਘਬਰਾਉਣਾ ਤੁਸੀਂ ਕੋਈ ਨੀ, ਲੋੜ ਕੋਈ ਤਾਂ ਦੱਸਿਓ, ਅਸੀਂ ਤਾਂ ਅੱਜ ਪੰਜਾਬ ਦੇ ਰਾਜਪਾਲ ਬਦਨੌਰ ਸਾਹਿਬ ਨੂੰ ਮਿਲ ਚੱਲੇ ਹਾਂ ਕਿ ਦੇਖੋ ਭਾਈ ਕਾਂਗਰਸੀਆਂ ਦੇ ਰਾਜ ਦੇ ਵਿੱਚ ਇਹ ਜਿਹੜਾ ਮਾਫੀਆ ਮਾਈਨਿੰਗ ਵਾਲਾ ਕਿੰਨਾ ਜ਼ਿਆਦਾ ਸਟਰੋਂਗ ਹੋ ਗਿਆ। ਉਧਰ ਦੂਸਰੇ ਪਾਸੇ 4 ਬੰਦੇ ਕਾਬੂ ਕਰ ਲਏ ਗਏ ਆ, 6 ਬੰਦੇ ਨਾਮਜ਼ਦ ਸੀ, ਤੇ ਸੰਬੰਧਿਤ ਪੁਲਿਸ ਅਧਿਕਾਰੀ ਨੇ ਕਹਿਤਾ ਕਿ ਅਸੀਂ ਛੱਡਣਾ ਕੋਈ ਨੀ। ਤੇ ਨਾਲ ਦੀ ਨਾਲ ਸਾਧੂ ਸਿੰਘ ਧਰਮਸੋਹ ਧੁਰਾ ਨੇ ਕਹਿਤਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਥਿਆਰ ਦੇਵਾਂਗੇ ਜਿਹਦੇ ਨਾਲ ਕਿ ਮਾਈਨਿੰਗ ਮਾਫੀਆ ਦਾ ਟੋਕੇ ਮੁਕਾਬਲਾ ਕਰ ਸਕਣ। ਇਹ ਵੀ ਕਹਿ ਦਿੱਤਾ ਕਿ ਜਿਹੜੇ ਜ਼ਖਮੀ ਹੋਏ ਅਧਿਕਾਰੀ ਤੇ ਕਰਮਚਾਰੀ ਨੇ ਉਹਨਾਂ ਨੂੰ ਅਸੀਂ ਬਹਾਦਰੀ ਪੁਰਸਕਾਰ ਦੇਵਾਂਗੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਾਕੀ ਅਧਿਕਾਰੀ ਨੇ ਇਸ ਹਮਲੇ ਦੇ ਨਾਲ ਉਹਨਾਂ ਦਾ ਮਨੋਬਲ ਹੇਠਾਂ ਜਾਣ ਦੀ ਥਾਂ ਉੱਪਰ ਨੂੰ ਜਾਵੇ। ਸੋ ਹੁਣ ਜੰਗਲਾਤ ਵਿਭਾਗ ਵਾਲੇ ਬੜੇ ਸਰਗਰਮ ਨੇ, ਪਰ ਸਰਗਰਮੀ ਜੇ ਸਮੇਂ ਸਿਰ ਵਿਖਾ ਲਈ ਜਾਂਦੀ ਤਾਂ ਸ਼ਾਇਦ ਇਸ ਜੰਗਲਾਤ ਵਿਭਾਗ ਦੇ ਅਧਿਕਾਰੀ ਦਾ ਸਿਰ ਵੱਜ ਜਾਂਦਾ। ਆਪਾਂ ਕੱਲ ਸੁਖਰੈਬ ਜੀ ਬੜੇ ਵਿਸਥਾਰ ਚ ਗੱਲ ਕੀਤੀ ਕਿ ਬਿਨਾਂ ਸ਼ਹਿ ਤੋਂ ਕਦੇ ਵੀ ਕਿਸੇ ਆਫਿਸਰ ਦੇ ਉੱਤੇ ਏਦਾਂ ਹਮਲਾ ਨਹੀਂ ਹੋ ਸਕਦਾ ਸ਼ਹਿ ਤੋਂ ਬਿਨਾਂ, ਸ਼ਹਿ ਤਾਂ ਕਿਸੇ ਨਾ ਕਿਸੇ ਦੀ ਹੈਗੀ ਹੈ ਨਾ, ਜਿਹਦੇ ਕਰਕੇ ਇਸ ਤਰੀਕੇ ਦੇ ਨਾਲ ਗੱਲ ਪੈਂਦੇ ਆ। ਤੇ ਅੱਜ ਜਿਹੜੀ ਘਟਨਾ ਘਟ ਗਈ ਉਹਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਭਾਈ ਮਾਈਨਿੰਗ ਮਾਫੀਆ ਅੱਜ ਬਹੁਤ ਸਟਰੋਂਗ ਹੈ। ਸੋਸ਼ਲ ਮੀਡੀਆ ਦੇ ਉੱਤੇ ਅਚਾਨਕ ਵੀਡੀਓ ਵਾਇਰਲ ਹੁੰਦੀ ਹੈ 3 ਟੋਟਿਆਂ ਚ, ਉਸ ਵੀਡੀਓ ਦੇ ਵਿੱਚੋਂ ਇਹ ਪਤਾ ਲੱਗਦਾ ਕਿ ਰੋਪੜ ਤੋਂ ਆਮ ਆਦਮੀ ਪਾਰਟੀ ਦਾ MLA ਅਮਰਜੀਤ ਸੰਧੂਆ, ਜਿਹਨੇ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਉਮੀਦਵਾਰ ਨੂੰ ਵੀ ਹਰਾ ਕੇ ਤੀਸਰੇ ਥਾਂ ਤੇ ਚਲਾਤਾ ਸੀ, ਉਹ ਅਮਰਜੀਤ ਸੰਧੂਆ ਪਹਿਲਾਂ ਵੀ 5-7 ਵਾਰੀ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਮਾਈਨਿੰਗ ਮਾਫੀਆ ਦਾ ਪਰਦਾ ਫਾਸ਼ ਕਰਨ ਦਾ ਯਤਨ ਕਰਦੇ ਨਜ਼ਰ ਆਉਂਦੇ ਰਹੇ ਆ। ਅੱਜ ਵੀ ਉਹ ਚਲੇ ਗਏ ਰੂਰਪੁਰ ਬੇਦੀ ਦੇ ਨੇੜੇ ਸਤਲੁਜ ਦਰਿਆ ਦੇ ਕੋਲੇ ਕਿ ਭਾਈ ਇੱਥੇ ਤਾਂ ਨਜਾਇਜ਼ ਮਾਈਨਿੰਗ ਹੁੰਦੀ ਹੈ, ਤੇ ਉੱਥੇ ਜੋ ਕੁਝ ਹੋਇਆ ਉਹ ਸ਼ਰਮਸਾਰ ਕਰਨ ਵਾਲਾ। ਵੀਡੀਓ ਦੇ ਵਿੱਚੋਂ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ ਕਿ 2-3 ਜਣੇ ਦੀਆਂ ਪੱਗਾਂ ਲਿੱਥਦੀਆਂ, ਤੇ ਜਿਹੜੀ ਪਹਿਲੀ ਪੱਗ ਉੱਥੇ ਲਿੱਥਦੀ ਹੈ ਉਹ ਆਮ ਆਦਮੀ ਪਾਰਟੀ ਦੇ ਰੋਪੜ ਤੋਂ MLA ਅਮਰਜੀਤ ਸੰਧੂਆ ਦੀ ਹੈ, ਇੱਕ ਸੁਰੱਖਿਆ ਕਰਮਚਾਰੀ ਦੀ ਪੱਗ ਵੀ ਲਿੱਥਦੀ ਹੈ, ਇੱਕ ਵਿਰੋਧੀ ਧਿਰ ਦੇ ਬੰਦੇ ਦੀ ਵੀ ਪੱਗ ਲਿੱਥਦੀ ਹੈ, ਪੱਥਰ ਮਾਰੇ ਜਾਂਦੇ ਆ, ਚਪੇੜਾਂ ਤੱਕ ਮਾਰੀਆਂ ਜਾਂਦੀਆਂ ਆਮ ਆਦਮੀ ਪਾਰਟੀ ਦੇ MLA ਅਮਰਜੀਤ ਸੰਧੂਆ ਦੀ। ਹਾਲਾਂਕਿ ਕੁਝ ਇੱਕ ਤਸਵੀਰਾਂ ਜਾਰੀ ਕਰਕੇ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਵੀ ਗੱਲ ਸਾਫ਼ ਕਰਨ ਦਾ ਯਤਨ ਕੀਤਾ, ਉਹ ਕਹਿੰਦੇ ਕਿ ਭਾਈ ਅਸਲ ਦੇ ਵਿੱਚ ਇਹ ਮਾਈਨਿੰਗ ਮੂਈਨਿੰਗ ਦਾ ਕੰਮ ਸਾਨੂੰ ਘੱਟ ਲੱਗਦਾ, ਇਹ ਤਾਂ ਲੈਣ ਦੇਣ ਦਾ ਮਸਲਾ ਲੱਗਦਾ ਪੈਸਿਆਂ ਦਾ,
ਉਹਨਾਂ ਨੇ ਦੋ ਫੋਟੋ ਜਾਰੀ ਕੀਤੀਆਂ ਜਿਹਦੇ ਵਿੱਚ ਅਮਰਜੀਤ ਸੰਦੋਆ ਦੇ ਉੱਤੇ ਹਮਲਾ ਕਰਨ ਵਾਲਾ ਬੰਦਾ ਅਮਰਜੀਤ ਸੰਦੋਏ ਦੇ ਨਾਲ ਹੀ ਬੈਠਾ, ਇੱਕ ਪ੍ਰੈਸ ਨੋਟ ਜਿਹਾ ਵੀ ਉਹ ਜਾਰੀ ਕਰਦਾ, ਜੀ ਮੈਂ ਤਾਂ ਆਮ ਆਦਮੀ ਪਾਰਟੀ ਦਾ ਹੀ ਬੰਦਾ ਆ, ਇਹ ਬੰਦਾ ਹੁਣ ਅਮਰਜੀਤ ਸੰਦੋਆ ਕਹਿੰਦੇ ਸਾਨੂੰ ਬਲੈਕਮੇਲ ਕਰਦਾ ਸੀ। ਸੁਖਨੈਬ ਜੀ, ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗੀ, ਪਰ ਜੇ ਆਪਾਂ ਕੇਵਲ ਤੇ ਕੇਵਲ ਵੀਡੀਓ ਦੇ ਉੱਤੇ ਕੰਸਨਟ੍ਰੇਟ ਕਰੀਏ, ਸਾਫ ਤੌਰ ਤੇ ਨਜ਼ਰ ਆਉਂਦਾ ਕਿ ਜਿੰਨੀਆਂ ਭੱਦੀਆਂ ਜਿੰਨੀਆਂ ਗੰਦੀਆਂ ਗਾਲਾਂ ਅਮਰਜੀਤ ਸੰਦੋਆ ਨੂੰ ਉੱਥੇ ਕੱਢੀਆਂ ਜਾਂਦੀਆਂ ਆਪਣੇ ਆਪ ਦੇ ਵਿੱਚ ਉਹ ਬਹੁਤ ਜ਼ਿਆਦਾ ਗੈਰ ਵਾਜਬ ਸੀ। ਜਿਸ ਤਰੀਕੇ ਦੇ ਨਾਲ ਅਮਰਜੀਤ ਸੰਦੋਆ MLA ਦੀ ਪੱਗ ਲਾਈ ਜਾਂਦੀ ਹੈ ਉਹ ਬੇਹੱਦ ਗੈਰ ਵਾਜਬ ਸੀ। ਹੁਣ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਵੀ ਕਹਿਤਾ, ਉਹ ਕਹਿੰਦੇ ਪਾਰਟੀ ਇੱਕ ਪਾਸੇ ਰਹੀ ਪਰ ਇੱਕ ਬੰਦੇ ਦੀ ਪੱਗ ਲਿੱਤੀ ਹੈ, ਮਾਈਨਿੰਗ ਮਾਫੀਆ ਨੇ ਲਾਈ ਹੈ, ਇਸ ਮੁੱਦੇ ਦੇ ਉੱਤੇ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਦੂਸਰੇ ਪਾਸੇ ਡਾਕਟਰ ਧਰਮਵੀਰ ਗਾਂਧੀ ਨੇ, ਇਧਰਲੇ ਪਾਸੇ ਆਮ ਆਦਮੀ ਪਾਰਟੀ ਵਾਲੇ ਸਾਰੇ ਲੀਡਰਾਂ ਨੇ ਕਹਿਤਾ ਕਿ ਬਾਈ ਬਹੁਤ ਮਾੜਾ, ਅਸੀਂ ਤਾਂ ਪੁਤਲੇ ਸਾੜਾਂਗੇ, ਅਸੀਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਜੀਣ ਨਹੀਂ ਦਿੰਦੇ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਹੀ ਮੰਗ ਲਿਆ ਕਿ ਕਪਤਾਨ ਸਾਹਿਬ, ਤੁਹਾਡੀ ਸਰਕਾਰ ਦੇ ਵਿੱਚ ਅਧਿਕਾਰੀ ਜਿਹੜੇ ਨੇ ਵੱਡੇ ਵੱਡੇ, ਉਹਨਾਂ ਅਧਿਕਾਰੀਆਂ ਦੀਆਂ ਜਿਹੜੀਆਂ ਉਹ ਹੁਣ ਕੁੱਟਮਾਰ ਹੁੰਦੀ ਹੈ, ਰਾਜਾਂ ਸਿਰ ਚ ਮਾਰੀਆਂ ਜਾਂਦੀਆਂ, MLA ਦੀ ਪੱਗ ਲਿੱਥਦੀ ਹੈ, ਤਾਂ ਇਸ ਹਾਲਾਤ ਦੇ ਵਿੱਚ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸੁਰੱਖਿਆ ਕਿੱਥੇ ਆ? ਸੁਖਨੈਬ ਜੀ, ਪੱਗ ਲਿੱਥਣੀ ਬਹੁਤ ਮਾੜੀ ਗੱਲ ਹੋਈ, ਤੇ ਜੇ ਸੱਚੀ ਮੁੱਚੀ ਮਾਈਨਿੰਗ ਮਾਫੀਆ ਇੰਨਾ ਜ਼ਿਆਦਾ ਤਾਕਤਵਰ ਹੋ ਚੁੱਕਿਆ ਤਾਂ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਨਾ ਕੋਈ ਮੁੱਲ ਜਿਹੜਾ ਸਿਆਸੀ ਤੌਰ ਤੇ ਤਾਰਨਾ ਜ਼ਰੂਰ ਪੈਣਾ ਹੈ। ਜੀ ਮਾਨ ਸਾਹਿਬ, ਇੱਕ ਤਾਂ ਇਹ ਹੈ ਕਿ ਚੰਦੂ ਮਾਜਰਾ ਹੋ ਰਿਹਾ ਜਿਹੜੇ ਅਸਤੀਫਾ ਮੰਗਦੇ, ਕਿਉਂ ਖੋ ਹੀ ਲਿਆਉਂਦੇ, ਕਿਉਂ ਜਿਵੇਂ ਇੰਦਰਾ ਗਾਂਧੀ ਦੇ ਹੱਥ ਚੋਂ ਬੱਠਲ ਖੋ ਲਿਆ ਸੀ, ਤੇ ਦੂਜੀ ਗੱਲ ਹੈ ਹੁਣ ਜਿਹੜਾ ਕੁੱਟਮਾਰ ਦਾ ਮਾਮਲਾ ਹੈ ਉਹਦਾ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਉਹ ਬੰਦਾ ਕਹਿੰਦਾ ਯਾਰ ਤੈਨੂੰ MLA ਇਸ ਵਾਸਤੇ ਬਣਾਇਆ ਸੀ ਤੂੰ ਸਾਡੇ ਤੇ ਮਾਮਲੇ ਦਰਜ ਕਰਾਵੇਂ। ਸੋ ਬੰਦਾ ਤਾਂ ਉਹ ਵੀ ਉਹਨਾਂ ਦਾ ਖਾਸ ਹੈ, ਪਰ ਪੱਗਾਂ ਲਾਉਣ ਵਾਲਾ ਮਾਮਲਾ ਬਹੁਤ ਗੰਭੀਰ ਹੈ। ਅਕਾਲੀ ਦਲ ਪੱਗ ਲਾਉਣ ਦੇ ਮਾਮਲੇ ਦੇ ਉੱਤੇ ਕਿਹੋ ਜਿਹਾ ਸਟੈਂਡ ਲੈਂਦਾ, ਇਹ ਬਹੁਤ ਵੱਡੀ ਗੱਲ ਹੈ। ਸੁਖਨੈਬ ਜੀ, ਦੇਖੋ ਬਿਲਕੁਲ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ, ਮੈਨੂੰ ਲੱਗਦਾ ਸੀ ਕਿ ਅਕਾਲੀ ਦਲ ਅੱਗੇ ਹੋ ਕੇ ਮੋਰਚਾ ਸਾਂਭੂਗਾ, ਅਕਾਲੀ ਦਲ ਨੂੰ ਸਾਂਭਣਾ ਚਾਹੀਦਾ ਸੀ ਪੱਗ ਦੇ ਮੁੱਦੇ ਦੇ ਉੱਤੇ ਮੋਰਚਾ, ਪਰ ਨਹੀਂ, ਅਕਾਲੀ ਦਲ ਇਸ ਮੋਰਚੇ ਨੂੰ ਸਿਆਸੀ ਆਧਾਰ ਦੇ ਉੱਤੇ ਦੇਖ ਰਿਹਾ। ਦੇਖੋ ਮੈਂ ਇੱਕ ਹੋਰ ਗੱਲ ਕਹਿਣਾ, ਅਮਰਜੀਤ ਸੰਦੋਆ ਦੇ ਉੱਤੇ ਦੋਸ਼ ਪਹਿਲਾਂ ਵੀ ਲੱਗੇ ਇੱਕ ਦੁਆਰੀ, ਇੱਕ ਵਾਰੀ ਉਹ ਬੀਬੀ ਨਹੀਂ ਸੀ ਉੱਠ ਕੇ ਆ ਗਈ ਕਿ ਭਾਈ ਮੇਰੀ ਕੋਠੀ ਇਹਨਾਂ ਨੇ ਕਿਰਾਏ ਤੇ ਲਈ ਹੈ, ਦਫ਼ਤਰ ਬਣਾਉਣ ਦੇ ਲਈ ਹੁਣ ਪੈਸੇ ਧੇਲੇ ਨਹੀਂ ਦਿੰਦੇ। ਸਹੀ ਆ ਕਿ ਗਲਤ ਹੈ, ਦੋਸ਼ ਉਹ ਬਾਅਦ ਦੀਆਂ ਗੱਲਾਂ, ਇੱਕ ਵਾਰੀ ਦਿੱਲੀ ਵਾਲਾ ਵੀ ਦੋਸ਼ ਲੱਗਦਾ ਹੁੰਦਾ ਕਿ ਦਿੱਲੀ ਦੇ ਵਿੱਚ ਵੀ ਕੋਈ ਸੱਜਾ ਖੱਬਾ ਜਿਹਾ ਹੋਇਆ ਸੀ, ਉਹ ਸਾਰੀਆਂ ਗੱਲਾਂ ਬਾਅਦ ਚ। ਮੈਂ ਤਾਂ ਸੁਖਨੈਬ ਜੀ ਇਹ ਵੀ ਕਹਿੰਦਾ ਕਿ ਉਹ ਬੰਦਾ ਭਾਵੇਂ ਕਹਿੰਦਾ ਕਿ ਭਾਈ ਤੈਨੂੰ MLA ਇਸ ਕਰਕੇ ਬਣਾਇਆ ਸੀ ਤੂੰ ਸਾਡੇ ਕੰਮਾਂ ਚ ਟਾਂਗਾ ਡਾਵੇਂ, ਤੇ ਜੇ ਇੱਕ MLA ਬਣਨ ਤੋਂ ਬਾਅਦ ਜੇ ਕਿਸੇ ਦੇ ਮਾੜੇ ਕੰਮਾਂ ਦੇ ਵਿੱਚ ਲੱਤ ਫਸਾਉਂਦਾ ਤੇ ਚੰਗੀ ਗੱਲ ਹੀ ਹੈ। ਹੁਣ ਇਹ ਵੀ ਗੱਲ ਆਪਣੇ ਆਪ ਚ ਮਹੱਤਵਪੂਰਨ ਹੈ ਕਿ ਇਸ ਸਾਰੇ ਮੁੱਦੇ ਦਾ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਚਾਹੀਦਾ। ਜੇ ਅਮਰਜੀਤ ਸੰਦੋਆ ਦੇ ਉਹ ਖਾਸ ਬੰਦੇ ਹੈ, ਕੋਈ ਪੈਸਿਆਂ ਦੇ ਲੈਣ ਦੇਣ ਦਾ ਮਸਲਾ, ਇਹ ਅਮਰਜੀਤ ਸੰਦੋਆ ਦੇ ਲਈ ਬਹੁਤ ਖਤਰਨਾਕ ਹੈ, ਪਰ ਜੇ ਕਿਸੇ ਸ਼ਹਿਰ ਦੇ ਉੱਤੇ ਅਮਰਜੀਤ ਸੰਦੋਆ ਨੂੰ ਡਰਾਉਣ ਧਮਕਾਉਣ ਦੀ ਇਹ ਕਰਕੇ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਤੇਰਾ ਇਲਾਕਾ ਰੋਪੜ, ਉਹਦੇ ਵਿੱਚ ਆਉਂਦਾ ਨੂਰਪੁਰ ਬੇਦੀ, ਉਹਦੇ ਵਿੱਚ ਆਉਂਦਾ ਸਤਲੁਜ ਦਰਿਆ, ਉੱਥੋਂ ਨਜਾਇਜ਼ ਮਾਈਨਿੰਗ ਲਗਾਤਾਰ ਹੋਣੀ ਹੈ ਤਾਂ ਤੂੰ ਰੋਕ ਕੇ ਵਿਖਾਈ। ਸੁਖਨੈਬ ਜੀ, ਇੱਕ ਗੱਲ ਪੱਕੀ ਹੈ ਕਿ ਭਲਕ ਨੂੰ ਕਿਸੇ NGO ਵਾਲੇ ਨੇ ਹੱਥ ਵੀ ਨਹੀਂ ਪਾਇਆ ਕਰਨਾ ਕਿ ਨਜਾਇਜ਼ ਮਾਈਨਿੰਗ ਹੁੰਦੀ ਆ ਹੁੰਦੀ ਰਹੇ, ਮਾੜੇ ਮੋਟੇ ਪੱਤਰਕਾਰ ਨੇ ਵੀ ਨਹੀਂ ਹੱਥ ਪਾਇਆ ਕਰਨਾ ਜਾ ਕੇ ਕਿ ਭਾਈ ਜਿਹੜੇ MLA ਦੀ ਪੱਗ ਲਾ ਸਕਦੇ ਆ ਸਾਨੂੰ ਛੱਡਣਗੇ। ਸੋ ਮਸਲਾ ਗੰਭੀਰ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਮਾਂਬੱਧ ਹੋ ਕੇ ਇਮਾਨਦਾਰੀ ਨਾਲ ਜਾਂਚ ਕਰਾਉਣੀ ਚਾਹੀਦੀ ਹੈ। ਜੀ ਬਿਲਕੁਲ ਜੀ, ਗੱਲ ਤਾਂ ਇਹੀ ਹੈ, ਇਮਾਨਦਾਰੀ ਪਰ ਲੈ ਕੇ ਕਿੱਥੋਂ ਆਈਏ। ਤੇ ਬਾਟ ਸਾਹਿਬ, ਅਗਲੀ ਗੱਲ, ਮਿਲਾਵਟੀ ਵਸਤਾਂ ਦੇ ਖਿਲਾਫ਼ ਵੀ ਕਹਿੰਦੇ ਸਖ਼ਤ ਹੋਣਾ ਚਾਹੀਦਾ, ਪੰਨੂ ਸਾਹਿਬ ਨੇ ਆਪ ਵੀ ਸਖ਼ਤ ਹੋਇਆ ਹੋ ਕੇ ਗੱਲ ਆਖੀ ਹੈ ਤੇ ਲੋਕਾਂ ਨੂੰ ਵੀ ਕਿਹਾ ਕਿ ਸਖ਼ਤੀ ਮਹਿਕਮਾ ਵੀ ਦਿਖਾਊਗਾ। ਕਾਹਨ ਸਿੰਘ ਪੰਨੂ ਹੋਰਾਂ ਦੇ ਕੋਲ ਆਉਣ ਤੋਂ ਪਹਿਲਾਂ ਆਪਾਂ ਬ੍ਰਹਮ ਮਹਿੰਦਰਾ ਸਾਹਿਬ ਦੇ ਕੋਲ ਜਾਂਦੇ ਹਾਂ, ਉਹ ਕੈਬਨਿਟ ਮਿਨਿਸਟਰ ਨੇ, ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਲੋਕਾਂ ਨੂੰ ਗਾਈਡ ਕਰਨਾ, ਅਸੀਂ ਉਹਨਾਂ ਨੂੰ ਸਿੱਖਿਅਤ ਕਰਨਾ, ਇਸ ਗੱਲ ਦੇ ਲਈ ਸਿੱਖਿਅਤ ਕਰਨਾ ਹੈ ਕਿ ਤੁਸੀਂ ਖਾਣ ਪੀਣ ਵਾਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਖਾਣ ਪੀਣ ਵਾਲੀਆਂ ਵਸਤਾਂ ਦਾ ਕਿਵੇਂ ਪਤਾ ਲਾ ਸਕਦੇ ਹੋ ਕਿ ਇਹ ਵਸਤਾਂ ਮਿਲਾਵਟੀ ਨੇ ਜਾਂ ਕਿਵੇਂ ਨੇ। ਚਲੋ ਇਹ ਗੱਲ ਬਿਲਕੁਲ ਸਾਫ਼ ਹੋ ਗਈ ਕਿ ਉਹ ਪਤਾ ਕਰਨ ਦੀ ਤਾਕਤ ਬਖਸ਼ਣਗੇ ਪੰਜਾਬ ਦੇ ਲੋਕਾਂ ਨੂੰ, ਧੰਨਵਾਦ ਉਹਨਾਂ ਦਾ। ਦੂਸਰੀ ਗੱਲ, ਹੁਣ ਕਾਹਨ ਸਿੰਘ ਪੰਨੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਖੀ, ਜਿਹਨਾਂ ਨੇ ਚੱਡਾ ਸ਼ੂਗਰ ਮਿਲ ਨੂੰ 5 ਕਰੋੜ ਦਾ ਜੁਰਮਾਨਾ ਲਾਇਆ, ਜਿਹਨਾਂ ਨੇ ਚੱਡਾ ਸ਼ੂਗਰ ਮਿਲ ਤੇ 2 ਹੋਰ ਫੈਕਟਰੀਆਂ ਬੰਦ ਕਰਾਈਆਂ ਬਿਆਸ ਦਰਿਆ ਦੇ ਵਿੱਚ ਸੀਰਾ ਡਿੱਗਣ ਦੇ ਮੁੱਦੇ ਤੇ, ਜਿਹਨਾਂ ਨੇ ਵੱਖ ਵੱਖ ਮੁੱਦਿਆਂ ਦੇ ਉੱਤੇ ਕੁਝ ਚੰਗੇ ਕੰਮ ਕਰਨ ਦੇ ਯਤਨ ਕੀਤੇ ਸੀ ਜਦੋਂ PTU ਦੇ ਉਹ ਵਾਈਸ ਚਾਂਸਲਰ ਸੀ ਉਦੋਂ ਵੀ, ਜਦੋਂ ਸਕੂਲੀ ਸਿੱਖਿਆ ਦੇ ਨਾਲ ਸੰਬੰਧਿਤ ਮਹਿਕਮੇ ਦੇ ਵਿੱਚ ਸੀ ਉਦੋਂ ਵੀ, ਤੇ ਹੁਣ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਜੀ ਦੇਖੋ ਦੁੱਧ ਤੇ ਦੁੱਧ ਦੇ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ, ਪਨੀਰ ਹੋ ਗਿਆ, ਦਹੀਂ ਹੋ ਗਿਆ, ਜਿਹੜੀਆਂ ਹੋਰ ਬਹੁਤ ਸਾਰੀਆਂ ਸਵੀਟਸ ਹੋ ਗਈਆਂ, ਮਠਿਆਈਆਂ,
ਉਹ ਕਹਿੰਦੇ ਇਹਨਾਂ ਦੇ ਵਿੱਚ ਅਸੀਂ ਬਿਲਕੁਲ ਵੀ ਮਿਲਾਵਟ ਬਰਦਾਸ਼ਤ ਨਹੀਂ ਕਰਨੀ। ਤੇ ਨਾਲੇ ਵੀ ਕਹਿ ਦਿੱਤਾ, ਉਹ ਕਹਿੰਦੇ ਪਹਿਲਾਂ ਤਾਂ ਹੁੰਦਾ ਸੀ ਕਿ ਦੀਵਾਲੀ ਦੁਸਹਿਰਾ ਕੋਈ ਮਾੜਾ ਮੋਟਾ ਹੋਰ ਤਿਉਹਾਰ ਆ ਗਿਆ, ਉਸ ਮੌਕੇ ਦੇ ਉੱਤੇ ਹੀ ਅਸੀਂ ਮਿਲਾਵਟਾਂ ਚੈੱਕ ਕਰਦੇ ਸੀ, ਪਰ ਹੁਣ 24 ਘੰਟੇ 7 ਦਿਨ 12 ਮਹੀਨੇ ਇਹ ਜਿਹੜੇ ਹਲਵਾਈਆਂ ਦੀ ਦੁਕਾਨਾਂ ਦੁੱਧ ਦੇ ਨਾਲ ਸੰਬੰਧਿਤ ਪ੍ਰੋਡਕਟ ਜਿੱਥੇ ਪਏ ਆ ਉਹਨਾਂ ਦੀ ਲਗਾਤਾਰ ਚੈਕਿੰਗ ਚੱਲੂਗੀ। ਅਸੀਂ ਲੋਕਾਂ ਨੂੰ ਸ਼ੁੱਧ ਦੁੱਧ ਪ੍ਰੋਵਾਈਡ ਕਰਨਾ, ਉਪਲਬਧ ਕਰਾਉਣਾ, ਇਹ ਬਹੁਤ ਚੰਗਾ ਫੈਸਲਾ ਕਾਹਨ ਸਿੰਘ ਪੰਨੂ ਸਾਹਿਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ। ਜੇ ਕਿਤੇ ਏਦਾਂ ਹੋ ਜਾਏ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਘੱਟੋ ਘੱਟ ਸਹੀ ਖਾਣ ਪੀਣ ਦੀਆਂ ਵਸਤਾਂ ਤਾਂ ਪ੍ਰਾਪਤ ਕਰ ਸਕਣਗੇ। ਪਰ ਸੁਖਨੈਬ ਜੀ ਮੈਨੂੰ ਇਹਦੇ ਵਿੱਚ ਸ਼ੰਕਾ ਜੀ, ਸ਼ੰਕਾ ਕੀ ਹੈ? ਸ਼ੰਕਾ ਮੈਨੂੰ ਇਹਦੇ ਵਿੱਚ ਇਹ ਹੈ ਕਿ ਨਮੂਨੇ ਜਦੋਂ ਭਰੇ ਜਾਂਦੇ ਆ ਨਾ, ਸੈਂਪਲ ਲਏ ਜਾਂਦੇ ਆ ਕਿਸੇ ਸਵੀਟ ਸ਼ੋਪ ਤੋਂ, 6-6 ਮਹੀਨੇ ਨਤੀਜੇ ਨਹੀਂ ਆਉਂਦੇ, ਕਿਉਂਕਿ ਸਾਡੇ ਕੋਲ ਲੈਬੋਰਟਰੀਜ਼ ਕਿੰਨੀਆਂ ਕਿ ਨੇ ਕਿਤੇ, ਸਾਡੇ ਕੋਲ ਸੂਬਾ ਪੱਧਰ ਤੇ 1-2 ਥਾਵਾਂ ਦੇ ਉੱਤੇ ਟੈਸਟ ਹੁੰਦਾ, ਤੇ ਜਦੋਂ ਤੱਕ ਟੈਸਟ ਹੁੰਦਾ ਜਿਹੜਾ ਬੰਦਾ ਹਲਵਾਈ ਹੁੰਦਾ ਉੱਥੇ ਫੋਟੋਗ੍ਰਾਫਰ ਦੀ ਦੁਕਾਨ ਖੋਲ ਲੈਂਦਾ ਕਿ ਭਾਈ ਮੈਂ 5-4 ਬੰਦੇ ਰੱਖ ਲੈਣੇ ਆ, ਜਦੋਂ ਮੇਰੇ ਵਾਲਾ ਮਸਲਾ ਜਿਹੜਾ ਉਹ ਹੱਲ ਹੋ ਜਾਊਗਾ ਉਹਦੇ ਤੋਂ ਬਾਅਦ ਮੈਂ ਫੇਰ ਇੱਥੇ ਆ ਕੇ ਆਪਣੀ ਮਠਿਆਈ ਬਣਾਉਣ ਲੱਗ ਪੈਣਾ। ਤੇ ਜਿਹੜਾ ਬੰਦਾ ਚੰਗੀ ਤਕੜੀ ਦੁਕਾਨ ਚਲਾਉਂਦਾ ਉਹ ਉੱਥੇ ਇਮੀਗ੍ਰੇਸ਼ਨ ਆਫਿਸ ਖੋਲ ਲੈਂਦਾ ਕਿ ਭਾਈ ਮੈਂ ਤਾਂ ਨਿਆਣੇ ਬਾਹਰ ਭੇਜਣੇ ਸ਼ੁਰੂ ਕਰ ਦੇਣੇ ਆ। ਹੁਣ ਕਹਿਣ ਦਾ ਭਾਵ ਹੈ ਕਿ ਲੇਟ ਇੰਨਾ ਹੋ ਜਾਂਦਾ ਕਿ ਬੰਦਾ ਪ੍ਰੋਫੈਸ਼ਨ ਹੀ ਤਬਦੀਲ ਕਰ ਲੈਂਦਾ, ਜੇ ਪ੍ਰੋਫੈਸ਼ਨ ਨਹੀਂ ਤਬਦੀਲ ਕਰਨਾ ਤਾਂ ਜਾ ਕੇ ਸੈਟਿੰਗ ਹੀ ਕਰ ਲੈਂਦਾ ਕਿ ਭਾਈ ਮੇਰਾ ਉਨਾ ਫੇਲ ਨਾ ਕਰੀ ਭਾਵੇਂ ਸਾਰੀ ਦੁਨੀਆ ਫੇਲ ਕਰ ਦੇ, ਏਦਾਂ ਦੀਆਂ ਤਾਂ ਗੱਲਾਂ ਬਾਤਾਂ ਹੋ ਜਾਂਦੀਆਂ। ਹੁਣ ਜੇ ਤਾਂ ਕਾਹਨ ਸਿੰਘ ਪੰਨੂ ਸਾਹਿਬ ਸੱਚੀਓ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਚੰਗੇ ਤਰੀਕੇ ਸਾਰਾ ਕੁਝ ਦੇਣਾ ਤਾਂ ਜ਼ਿਲ੍ਹਾ ਪੱਧਰ ਦੇ ਉੱਤੇ ਲੈਬੋਰਟਰੀ ਸਥਾਪਿਤ ਕਰਨੀਆਂ ਪੈਣਗੀਆਂ ਕਿ ਜੇ ਸਵੇਰੇ ਨਮੂਨਾ ਭਰਿਆ ਸ਼ਾਮ ਨੂੰ 5 ਵਜੇ ਨਤੀਜਾ, 7 ਵਜੇ ਹਲਵਾਈ ਦੀ ਦੁਕਾਨ ਨੂੰ ਜਿੰਦਰਾ, ਜੇ ਸ਼ਾਮ ਨੂੰ ਨਮੂਨਾ ਭਰਿਆ ਸਵੇਰੇ 7 ਵਜੇ ਨਤੀਜਾ, 9 ਵਜੇ ਤੱਕ ਦੁਕਾਨ ਬੰਦ, ਤੇ ਜੇ ਅਸੀਂ 6-6 ਮਹੀਨੇ ਉਡੀਕ ਕਰਨੀ ਆ ਉਦੋਂ ਤੱਕ ਕਾਹਨ ਸਿੰਘ ਪੰਨੂ ਹੋਰੀ ਪਤਾ ਨੀ ਕਿੰਨੇ ਕੁ ਡਿਪਾਰਟਮੈਂਟ ਬਦਲ ਕੇ ਤੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਨੁਕਰੇ ਲੱਗੇ ਹੋਣੇ ਆ, ਫਿਰ ਕਿਹਨੇ ਕਾਰਵਾਈ ਕਰਨੀ ਆ ਤੇ ਕਿਹਨੇ ਨਹੀਂ, ਫੈਸਲਾ ਚੰਗਾ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਿਵੇਂ ਕਰਨਾ ਇਹਦੇ ਬਾਰੇ ਸੋਚ ਵਿਚਾਰ ਪੰਨੂ ਸਾਹਿਬ ਜ਼ਰੂਰ ਕਰਨ ਤਾਂ ਚੰਗਾ। ਜੀ ਬਾਟ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਆਪਾਂ ਸਰੋਤਿਆਂ ਦੇ ਨਾਲ ਜੁੜੇ ਰਹਾਂਗੇ ਜੀ।